ਮਨਦੀਪ ਕਿਸ ਤਰ੍ਹਾਂ ਕਿਸ ਤਰ੍ਹਾਂ ਪਹਿਲਾਂ ਇਹ ਦੱਸੋ ਕਿ ਵੀ ਤੁਸੀਂ ਜਦ ਗਾਏ ਅੰਦਰ ਜਦ ਜਦ ਬਿਲਡਿੰਗ ਵਿੱਚ ਅੰਦਰ ਦਾਖਲ ਹੋਏ ਤੇ ਕਿਸ ਤਰ੍ਹਾਂ ਤੁਹਾਨੂੰ ਮਤਲਬ ਵਾਟ ਵਾਸ ਦੀ ਫੀਲਿੰਗ ਇਨਸਾਈਡ ਕੀ ਹੋ ਕੀ ਰਿਹਾ ਸੀ ਅੰਦਰ ਹਾਂਜੀ ਭਾਜੀ ਜਦੋਂ ਮਤਲਬ ਅਸੀਂ ਐਂਟਰ ਹੋਏ ਤੇ ਅੰਦਰ ਜਿੱਦਾਂ ਆਪਣਾ ਬੇਟਿੰਗ ਰੂਮ ਹੁੰਦਾ ਸਰ ਉੱਥੇ ਪਹੁੰਚ ਗਏ ਅਸੀਂ ਤੇ ਇੰਟਰਪ੍ਰੀਟਰ ਸਾਡੇ ਨਾਲ ਸੀ ਬਸ ਉੱਥੇ ਅਸੀਂ ਬੈਠ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਨ ਲੱਗੇ ਇਹ ਨਿਮਾ ਤਾਂ ਮੇਰੀ ਗੋਦੀ ਚੜ ਕੇ ਇਦਾਂ ਖੇਡਣ ਲੱਗ ਗਈ ਅਸੀਂ ਜਿੱਦਾਂ ਵੀ ਜੋ ਘਰੇ ਕਰਦੇ ਹੁੰਨੇ ਆ ਜਿੱਦਾਂ ਚਿੜੀ ਉੱਡ ਕਾਂ ਉੱਡ ਵਗੈਰਾ ਇਦਾਂ ਉਹ ਉਹ ਕੁਝ ਕਰਨਾ ਕਿ ਖੇਡਣ ਲੱਗ ਗਈ ਅੱਛਾ ਤੇ ਇਹ ਵੀ ਸਰ ਬਹੁਤ ਵਧੀਆ ਮੂਡ 'ਚ ਸੀਗੀ ਇਹ ਮੂਡ ਇਹਦਾ ਬਹੁਤ ਵਧੀਆ ਸੀਗਾ ਹਾਂਜੀ ਤੇ ਫੇਰੇ ਬਸ ਮੈਨਾਂ ਜਿੱਦਾਂ ਬੈਲਰਿਨਾ ਡਾਂਸ ਵਗੈਰਾ ਮੈਂ ਇਹਨੂੰ ਗੋਦੀ ਚਾੱਕ ਕੇ ਕਰਾਉਣਾ ਉਹ ਕਰਨ ਲੱਗ ਗਈ ਬਾਕੀ ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਉਦਾਂ ਹੀ ਕੈਬਨ ਹੁੰਦੇ ਆ ਜਿੱਦਾਂ ਬਲੈਕ ਉਹਨਾਂ ਦੇ ਸ਼ੀਸ਼ੇ ਲੱਗੇ ਹੁੰਦੇ ਆ ਉਹਨਾਂ ਨੂੰ ਆਪਾਂ ਦੇਖਦੇ ਹੁੰਦੇ ਆ ਆਪਾਂ ਨਹੀਂ ਉਹਨਾਂ ਨੂੰ ਜਿੱਦਾਂ ਆਪਾਂ ਉਹਨਾਂ ਨੂੰ ਦੇਖ ਨਹੀਂ ਸਕਦੇ ਹਾਂ ਜੀ ਤੇ ਥੋੜੇ ਹੋਰ ਲੋਕ ਵੀ ਬੈਠੇ ਹੋਏ ਸੀਗੇ ਜਿੱਦਾਂ ਮੈਰਿਜ ਦੇਆਂ ਇੰਟਰਵਿਊਜ਼ ਦੀ ਚੱਲਦੀਆਂ ਸੀ ਫੈਮਿਲੀ ਦੇ ਵਾਲੇ ਸੀਗੇ ਹਨਾ ਥੋੜੇ ਲੋਕ ਤੇ ਥੋੜਾ ਟਾਈਮ ਫਿਰ ਹਾਂ ਜੀ ਅਸੀਂ ਵੇਟ ਕੀਤੀ ਉੱਥੇ ਤੇ ਫਿਰ ਉਹ ਜਿੱਦਾਂ ਛੋਟੇ ਜਿਹੇ ਸਪੀਕਰ ਜਿਹੇ ਦੇ ਵਿੱਚ ਜਿੱਦਾਂ ਤੁਹਾਡਾ ਨਾਮ ਅਨਾਉਂਸ ਕਰਦੇ ਆ ਫਿਰ ਹਸਬੰਦ ਦਾ ਨਾਮ ਅਨਾਉਂਸ ਹੋਇਆ ਤੇ ਫਿਰ ਅਸੀਂ ਸਾਰੇ ਜਣੇ ਅੰਦਰ ਗਏ ਬੇਟੀ ਮੈਂ ਤੇ ਇੰਟਰਪ੍ਰੀਟਰ ਤੇ ਹਸਬੰਦ ਤੇ ਉਹਨਾਂ ਨੂੰ ਫਿਰ ਮੈਂ ਜਾ ਕੇ ਕਿਹਾ ਆਪਣੀ ਲੇਡੀ ਸੀਗੀ ਜਿੱਦਾਂ ਇੰਡੀਅਨ ਲੱਗਦੇ ਸੀਗੇ ਹੈਲੋ ਹਾਈ ਕੀਤੀ ਉਹਨਾਂ ਨੂੰ ਪਹਿਲਾਂ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਪਲੀਜ਼ ਵੀ ਤੁਸੀਂ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਵੀ ਮੈਂ ਨਾ ਤੇ ਤੁਸੀਂ ਕਿਹਾ ਜੋ ਜੋ ਤੁਸੀਂ ਰਿਕੁਐਸਟ ਪਾਈ ਹੈ ਉਹਨਾਂ ਨੂੰ ਉਹਨਾਂ ਨੇ ਤੁਹਾਨੂੰ ਤੁਹਾਡੀ ਰਿਕੁਐਸਟ ਨੂੰ ਪੋਜ਼ਿਟਿਵਲੀ ਲਿਆ ਹਾਂਜੀ ਸਰ ਉਹਨੇ ਪੋਜ਼ਿਟਿਵਲੀ ਉਹ ਕਹਿੰਦੇ ਓਕੇ ਵੀ ਅਸੀਂ ਜ਼ਰੂਰ ਕਹਿੰਦੇ ਸ਼ੋਰ ਵੀ ਵਿਲ ਵੀ ਵਿਲ ਟਾਕ ਟੂ ਯੂ ਵੀ ਵਿਲ ਗਿਵ ਯੂ ਅ ਚਾਂਸ ਇਦਾਂ ਜਿ ਕੁਛ ਉਹਨੇ ਕਿਹਾ ਸੀਗਾ ਹਨਾ ਤੇ ਫਿਰ ਚਲੋ ਅਸੀਂ ਬਾਹਰ ਬਹਿ ਗਏ ਤੇ ਪਰ ਉਹਦਾ ਜਿਹੜਾ ਜਿੱਦਾਂ ਮੈਨੂੰ ਲੱਗਦਾ ਭਾਜੀ ਜਿੱਦਾਂ ਪਹਿਲਾਂ ਜਿੱਦਾਂ ਤੁਸੀਂ ਕਿਹਾ ਸੀਗਾ ਵੀ ਜਾ ਕੇ ਉਹ ਵਾਚ ਕਰਦੇ ਹੁੰਦੇ ਆ ਤੁਸੀਂ ਆਪਸ ਵਿੱਚ ਹਸਬੰਡ ਵਾਈਫ ਕਿੱਦਾਂ ਡੀਲ ਕਰਦੇ ਹੋ ਜਾਂ ਕਿੱਦਾਂ ਬਹਿੰਦੇ ਹੋ ਉੱਠਦੇ ਹੋ ਉਹਨਾਂ ਸਾਨੂੰ ਥੋੜਾ ਜਿਹਾ ਟਾਈਮ ਮਿਲ ਗਿਆ ਸੀ ਉਹਦੇ ਲਈ ਕਿਉਂਕਿ ਸਾਡੀ ਇੰਟਰਵਿਊ ਮਿਲਦਾ ਪੰਜ ਜਾਂ 10 ਮਿੰਟ ਲੇਟ ਹੋਈ ਸੀ ਸਾਡੇ ਟਾਈਮ ਤੋਂ ਹਾਂ 20 25 ਮਿੰਟ ਮਿਲ ਗਏ ਉੱ ਨਾ ਖੇਡਣ ਲੱਗ ਗਈ ਡੈਡਾ ਇਦਾਂ ਹੀ ਡਰਾਅ ਕਰਨ ਲੱਗ ਜਾਂਦੀ ਸੀ ਕਦੇ ਫਿਰ ਹਸਬੰਦ ਦੀ ਗੋਦੀ ਚੜ ਕੇ ਫਿਰ ਉਹਦੇ ਨੇ ਖੇਡਦੇ ਨਹੀਂ ਬੱਚੇ ਰੋਕ ਪੀਪਰ ਸੀਜ਼ਰ ਸ਼ੂਟ ਅਸੀਂ ਤਾਂ ਵੀ ਦੇਖੇ ਹੁੰਦੇ ਹਾਂ ਹਾਂਜੀ ਉਹ ਖੇਡਣ ਲੱਗੀ ਫਿਰ ਚਿੜੀ ਉਡਕਾਂ ਉਡ ਖੇਡਣ ਲੱਗੀ ਕਿ ਕਿ ਬੋਤਲ ਚ ਅਸੀਂ ਪਾਣੀ ਪੀਤਾ ਸਾਰੇ ਫਿਰ ਹਾਂਜੀ ਫਿਰ ਅਸੀਂ ਪਾਣੀ ਸਾਡੇ ਕੋਲ ਇੱਕ ਹੀ ਬੋਤਲ ਸੀਗੀ ਬਟ ਇਹਦੀ ਬੇਟੀ ਵਾਲੀ ਹੁੰਦੀ ਹੈ ਜਿਹੜੀ ਉਹ ਹੀ ਸੀਗੀ ਫਿਰ ਉਹਦੇ ਚ ਅਸੀਂ ਪਾਣੀ ਪੀਤਾ ਹਨਾ ਪਹਿਲਾਂ ਤਿੰਨਾਂ ਜਣੇ ਨੇ ਸੇਮ ਬੋਤਲ ਚ ਪੀਤਾ ਮੇਬੀ ਸੋਚਦੇ ਹੋਣਗੇ ਸਾਨੂੰ ਵਾਚ ਕਰਦੇ ਹੋਣਗੇ ਨਾ ਵੀ 100% 100% ਤੁਹਾਨੂੰ ਅੰਦਰੋਂ ਕੋਈ ਦੇਖ ਰ ਕੋਵਿਡ ਦਾ ਟਾਈਮ ਆ ਕੋਈ ਝੂਠਾ ਕਿਸੇ ਦਾ ਪਾਣੀ ਕਿਉਂ ਪੀਊਗਾ ਹਨਾ ਅਨਲੈਸ ਕਿ ਤੁਸੀਂ ਫੈਮਿਲੀ ਨਾ ਹੋਵੋ ਤੇ ਫਿਰ ਜਾਨੀ ਮੈਂ ਹਾਂਜੀ ਵੀ ਬਾਹਰ ਅਸੀਂ ਮੈਂ ਤੇ ਬੇਟੀ ਬਾਹਰ ਬੈਠ ਕੇ ਸੀ ਫਿਰ ਇਹਨਾਂ ਦੀ ਸ਼ੁਰੂ ਹੋ ਗਈ ਹੁਣ ਤੁਸੀਂ ਦੱਸੋ ਕੀ ਬਾਅਦ ਸੀ ਇੱਕ ਸੈਕਿੰਡ ਹੋਲ ਕਰਨਾ ਇੱਕ ਸੈਕਿੰਡ ਮੈਂ ਆਪਣਾ ਫੋਨ ਬੰਦ ਕਰਦਾ ਜਰਾ ਇੱਕ ਸੈਕਿੰਡ ਹੋਲ ਕਰਨਾ ਹੋ ਗਿਆ ਜੀ ਓਕੇ ਹਾਂਜੀ ਓਕੇ ਹਾਂਜੀ ਓਕੇ ਬਸ ਬੜਾ ਓ ਜੀ ਜੀ ਬੰਦੀ ਪਹਿਲੇ ਜਾਂਦੇ ਸਰ ਤੁਹਾਨੂੰ ਕਿਵੇਂ ਉਹਨਾਂ ਨੇ ਕੁਐਸਚਨ ਸਭ ਤੋਂ ਪਹਿਲਾਂ ਕੁਐਸਚਨ ਕੀ ਪੁੱਛਿਆ ਉਹਨਾਂ ਨੇ ਹਾਂਜੀ ਸਰ ਮਤਲਬ ਅਸੀਂ ਆਪਣੇ ਪ੍ਰੂਫ ਸਾਰੇ ਸਾਡੇ ਕੋਲ ਬਹੁਤ ਜ਼ਿਆਦਾ ਪ੍ਰੂਫ ਸੀ ਜਿਹੜੇ ਆਪਾਂ ਰੈਡੀ ਕੀਤੇ ਸੀਗੇ ਤੇ ਉਹ ਫਿਰ ਮਨਜਿੰਦਰ ਮੇਰੇ ਨਾਲ ਅੰਦਰ ਛੱਡ ਕੇ ਆਏ ਤੇ ਚਲੋ ਫਿਰ ਮੇਰੀ ਇੰਟਰਵਿਊ ਸ਼ੁਰੂ ਹੋ ਗਈ ਇੰਟਰਪ੍ਰੀਟਰ ਮੇਰੇ ਨਾਲ ਮੇਰੇ ਬੈਠ ਗਏ ਤੇ ਉਹ ਫਿਰ ਜਿਹੜੇ ਮਤਲਬ ਵੀਰੇ ਆਪਣੇ ਇੰਟਰਵਿਊ ਲੈਣ ਆਲੇ ਸੀਗੇ ਉਹ ਆਪਣੀ ਕੋਈ ਆਈ ਥਿੰਕ ਮੇਬੀ ਪੰਜਾਬੀ ਕੁੜੀ ਹੂ ਸਰ ਉਹ ਤੇ ਉਹਨਾਂ ਨੂੰ ਪੰਜਾਬੀ ਹਿੰਦੀ ਇੰਗਲਿਸ਼ ਜਾਨੀ ਸਾਰਾ ਕੁਝ ਆਉਂਦਾ ਸੀ ਉਹਨਾਂ ਨੂੰ ਇੰਟਰਪ੍ਰੀਟਰ ਨੂੰ ਜਾਨੀ ਇੰਨਾ ਲੋਡ ਨਹੀਂ ਪਈ ਇੰਟਰਪ੍ਰੀਟਰ ਦੀ ਉਹ ਮੇਰੀ ਪੰਜਾਬੀ ਦੇ ਆਨਸਰ ਸਾਰੇ ਜਾਨੀ ਉਦੋਂ ਹੀ ਸਮਝ ਹੀ ਜਾਂਦੀ ਸੀਗੇ ਜੀ 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 ਤੇ ਉਹਨਾਂ ਨੇ ਪਹਿਲਾਂ ਚਲੋ ਗਏ ਤੇ ਫਿਰ ਉਹਨਾਂ ਨੇ ਮੇਰਾ ਨਾਮ ਪੁੱਛਿਆ ਹਾਂ ਜੀ ਮਨਦੀਪ ਸਿੰਘ ਤੇ ਫਿਰ ਉਹਨਾਂ ਨੇ ਮੈਨੂੰ ਮੇਰਾ ਪਾਸਪੋਰਟ ਦਿਖਾਉਣ ਨੂੰ ਕਿਹਾ ਤੇ ਫਿਰ ਉਹਨਾਂ ਨੇ ਧਿਆਨ ਦੇ ਬਹੁਤ ਧਿਆਨ ਨਾਲ ਮੇਰਾ ਪਾਸਪੋਰਟ ਦੇਖਿਆ ਜੀ ਹਾਂਜੀ 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 ਫਿਰ ਉਹਨਾਂ ਨੇ ਵਾਈਫ ਦਾ ਨਾਮ ਪੁੱਛਿਆ ਜੀ ਫਿਰ ਉਹਨਾਂ ਨੇ ਪੁੱਛਿਆ ਵੀ ਮੈਰਿਜ ਕਿੰਨੀ ਹੈ ਉਹਨਾਂ ਦੀ ਫਿਰ ਇਹ ਪੁੱਛ ਕੇ ਫਿਰ ਮੈਂ ਦੱਸਿਆ ਉਹਨਾਂ ਨੂੰ ਜੀ ਫਿਰ ਬਸ ਉਹਨਾਂ ਨੇ ਸਰ ਮਤਲਬ ਜਦੋਂ ਕੁਐਸਚਨ ਕਰਦੇ ਸੀ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਮੈਂ ਤੁਹਾਨੂੰ ਨਾਲ ਪ੍ਰੂਫ ਦਿਖਾਉਣਾ ਤੇ ਯਾਨੀ ਉਹ ਪ੍ਰੂਫ ਦੇਖਣ ਵੱਲ ਨਹੀਂ ਗਏ ਬਿਲਕੁਲ ਵੀ ਉਹਨਾਂ ਨੇ ਸਰ ਤੁਸੀਂ ਬਲੀਵ ਨਹੀਂ ਕਰਨਾ ਇੱਕ ਵੀ ਪ੍ਰੂਫ ਨਹੀਂ ਦੇਖਿਆ ਹਾਂਜੀ ਸਰ ਜੋ ਸਾਡਾ ਬੈਗ ਭਰਿਆ ਹੋਇਆ ਸੀ ਈਵਨ ਕਿ ਐਲਬਮ ਜਿਹੜੀਆਂ ਸਾਡੀਆਂ ਆਪਦੀਆਂ ਫੋਟੋਜ਼ ਕੀਤੀਆਂ ਹੋਈਆਂ ਸੀ ਕੋਈ ਜਤਿੰਦਰਪਾਲ ਦਾ ਨੋਟ ਨਾਥਿੰਗ ਕੁਝ ਵੀ ਨਹੀਂ ਸੀ ਇਸ ਕਰਕੇ ਮੇਰੇ ਖਿਆਲ ਹੈ ਕਿ ਇਸ ਕਰਕੇ ਨਹੀਂ ਦੇਖਿਆ ਉਹਨੂੰ ਪਤਾ ਹੈ ਕਿ ਇਹਦੇ ਕੋਲ ਸਾਰਾ ਸਮਾਨ ਹੈ ਹਾਂਜੀ ਜੇ ਜੇ ਨਹੀਂ ਹੁੰਦਾ ਤੇ ਫਿਰ ਫਿਰ ਮੌਕਾ ਮਿਲ ਜਾਣਾ ਸੀ ਕਿ ਵੀ ਆਹ ਤਾਂ ਉਹ ਹੈ ਤੁਹਾਡੇ ਕੋਲ ਕਹਿੰਦੇ ਹਾਂ ਸਾਡੇ ਕੋਲ ਤਾਂ ਹੈ ਨਹੀਂ ਪਰਸਾ ਜੇ ਕੁਝ ਹੋਰ ਹੁੰਦਾ ਸਿਰਫ ਤੇ ਫਿਰ ਜੇ ਜੇ ਉਹ ਐਕਚੁਅਲੀ ਸਾਈਕੋਲੋਜੀਕਲੀ ਜੇ ਤੁਹਾਡੇ ਕੋਲ ਸਾਰਾ ਸਮਾਨ ਹੈ ਸਾਰੀ ਤੁਹਾਡੀ ਤਿਆਰੀ ਹੈ ਤੇ ਫਿਰ ਦੇਖਣ ਦੀ ਲੋੜ ਨਹੀਂ ਪੈਂਦੀ ਉਹ ਸ਼ਕਲ ਤੋਂ ਪਤਾ ਲੱਗ ਜਾਂਦਾ ਐਨੀਵੇ ਫਿਰ ਕੀ ਫਿਰ ਅਗਲਾ ਅਗਲਾ ਕੀ ਕਹਾਂ ਉਹਨਾਂ ਨੇ ਹਾਂਜੀ ਹਾਂਜੀ ਤੇ ਸਰ ਮੈਂ ਤੁਹਾਨੂੰ ਦੱਸਾਂ ਕਿ ਜਿੱਦਾਂ ਤੁਸੀਂ ਸਾਨੂੰ ਦੱਸਿਆ ਸੀਗਾ ਕਿ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਤੇ ਇੱਕ ਸਰ ਉਹਨਾਂ ਨੇ ਹੋਰ ਗੱਲ ਕਹੀ ਉਹ ਕਹਿੰਦੇ ਵੀ ਮਤਲਬ ਆਪਾਂ ਤੁਹਾਡਾ ਇੰਟਰਵਿਊ ਸ਼ੁਰੂ ਕਰਦੇ ਆਂ ਤੇ ਤੁਸੀਂ ਜੋ ਵੀ ਆ ਵੀ ਤੁਹਾਡਾ ਮੈਰਿਜ ਦਾ ਜੋ ਵੀ ਆ ਕੁਝ ਵੀ ਆ ਤੁਸੀਂ ਸੱਚ ਦੱਸਣਾ ਮਤਲਬ ਹੂੰ ਹੂੰ ਉਹਨੇ ਪਹਿਲੀ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ ਵੀ ਤੁਸੀਂ ਜੋ ਵੀ ਦੱਸਣਾ ਵੀ ਉਹ ਸੱਚ ਦੱਸਣਾ ਤੇ ਮੈਂ ਕਿਹਾ ਵੀ ਓਕੇ ਤੇ ਫਿਰ ਮੈਂ ਉਹਨਾਂ ਨੂੰ ਜਿੱਦਾਂ ਤੁਸੀਂ ਕਿਹਾ ਸੀ ਉਦਾਂ ਹੀ ਮੈਂ ਉਹਨਾਂ ਨੂੰ ਕਿਹਾ ਵੀ ਮੈਡਮ ਵੀ ਮੈਂ 2018 ਦੇ ਵਿੱਚ ਇੱਕ ਫਾਈਲ ਲਗਾਈ ਸੀ ਕਿ ਵੀ ਉਹਦਾ ਮੈਂ ਕਰੈਕਸ਼ਨ ਕਰਵਾਉਣੀਆਂ ਨੇ ਤੇ ਉਹ ਕਹਿੰਦੇ ਵੀ ਉਹਦੀ ਕੋਈ ਕਰੈਕਸ਼ਨ ਨਹੀਂ ਹੋਣੀ ਵੀ ਉਹਦੇ ਬਾਰੇ ਕੋਈ ਗੱਲ ਨਹੀਂ ਕਰਨੀ ਅਸੀਂ ਗੁੱਡ ਗੁੱਡ ਠੀਕ ਹੈ ਹਾਂ ਜੀ ਤੇ ਮੈਨੂੰ ਇਦਾਂ ਸੀ ਵੀ ਪਤਾ ਨਹੀਂ ਬਾਅਦ ਚੋਂ ਕਰਨਗੇ ਤੇ ਇੱਕ ਵਾਰੀ ਮੈਨੂੰ ਇਦਾਂ ਲੱਗਿਆ ਵੀ ਚਲੋ ਵਧੀਆ ਭਾਈ ਠੀਕ ਆ ਨਹੀਂ ਕਰਨੀ ਤੇ ਵਧੀਆ ਗੱਲ ਆ ਓਕੇ ਆ ਮਤਲਬ ਉਹ ਚੈਪਟਰ ਚੈਪਟਰ ক্লোਜ਼ ਹੋ ਗਿਆ ਉਹ ਚੈਪਟਰ ক্লোਜ਼ ਹੋ ਗਿਆ ਹਾਂ ਜੀ ਹਾਂ ਜੀ ਸਰ ਉਹਨਾਂ ਨੇ ক্লোਜ਼ ਹੀ ਕਰਤਾ ਤੇ ਫਿਰ ਉਹਨਾਂ ਦੇ ਜਿਹੜੇ ਸਰ ਕੁਐਸਚਨ ਸੀਗੇ ਸਾਰੇ ਮਤਲਬ ਉਹ ਅਕੋਰਡਿੰਗ ਟੂ ਬੇਟੀ ਤੇ ਵਾਈਫ ਦੇ ਸਾਰੇ ਇਹਨਾਂ ਦੇ ਨਾਲ ਰਿਲੇਟਡ ਸੀਗੇ ਜੀ 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 ਇਸ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਦਾ ਕੋਈ ਕੁਐਸਚਨ ਹੈ ਇਸ ਤਰ੍ਹਾਂ ਦਾ ਕੋਈ ਕੁਐਸਚਨ ਤੁਸੀਂ ਯਾਦ ਕਰੋ ਜਿਹੜਾ ਤੁਹਾਨੂੰ ਲੱਗੇ ਕਿ ਮੇਰੇ ਕੋਲੇ ਜਵਾਬ ਹੈ ਨਹੀਂ ਹੈ ਜਾਂ ਜਿਹੜਾ ਅਪਨ ਡਿਸਕਸ ਨਹੀਂ ਕੀਤਾ ਇਸ ਤਰ੍ਹਾਂ ਦਾ ਕੋਈ ਕੁਐਸਚਨ ਦੱਸੋ ਸਰ ਜਵਾਬ ਤਾਂ ਇਹਨਾਂ ਕੋਲੇ ਵੈਸੇ ਸਾਰਿਆਂ ਦੇ ਹੀ ਸੀਗੇ ਤੇ ਇਹਨਾਂ ਨੇ ਜਣੀ ਇੰਨੀ ਕਿ ਤਿਆਰੀ ਆਪਣੀ ਵਧੀਆ ਹੋਈ ਹੋਈ ਸੀਗੀ ਨਾ ਇਹ ਕਹਿੰਦੇ ਮੈਂ ਉਹ ਕੁਐਸਚਨ ਬਾਅਦ ਚੋਂ ਪੁੱਛਦੀ ਸੀ ਆਨਸਰ ਮੇਰਾ ਪਹਿਲਾਂ ਰੈਡੀ ਹੁੰਦਾ ਸੀ ਤੇ ਉਹਨੇ ਕੋਈ ਵੀ ਕੋਈ ਵੀ ਉਹਨੇ ਕੋਈ ਵੀ ਉਹਨੇ ਜਿਹੜਾ ਇਹਨਾਂ ਨੇ ਆਨਸਰ ਦਿੱਤਾ ਉਹਨੇ ਉਹਦੇ ਚੋਂ ਕੋਈ ਕੁਐਸਚਨ ਨਹੀਂ ਪੁੱਛਿਆ ਮੰਨ ਲਓ ਤੁਸੀਂ ਮੈਨੂੰ ਕੋਈ ਕੁਐਸਚਨ ਪੁੱਛਦੇ ਹੋ ਮੈਂ ਆਨਸਰ ਦਿੱਤਾ ਤੁਹਾਨੂੰ ਕੋਈ ਸ਼ੱਕ ਆ ਤੁਸੀਂ ਮੈਨੂੰ ਮੇਰੇ ਆਨਸਰ ਦੇ ਵਿੱਚੋਂ ਫੇਰ ਕੁਐਸਚਨ ਪੁੱਛੋਗੇ ਇਹ ਬਿਲਕੁਲ ਨਹੀਂ ਹੋਇਆ ਹਾਂਜੀ ਬਿਲਕੁਲ ਵੀ ਉਹ ਸੈਟੀਸਫਾਈਡ ਹੋ ਜਾਂਦੀ ਸੀ ਇਹਨਾਂ ਦੇ ਕੁਐਸਚਨ ਦੇ ਨਾਲ ਸਭ ਨਾਲ ਤੁਸੀਂ ਮੇਰੇ ਖਿਆਲ ਮੇਰੇ ਖਿਆਲ ਮਨਜਿੰਦਰ ਤੁਸੀਂ ਸ਼ਾਇਦ ਇਹ ਸੋਚੋ ਕਿ ਅੱਜ ਤੋਂ 1 ਮਹੀਨੇ ਜਾਂ 2 ਮਹੀਨੇ ਪਹਿਲਾਂ ਅਗਰ ਆਮ ਜਸ ਟ੍ਰਾਈਂਗ ਟੂ ਥਿੰਕ ਕਿ ਅਗਰ ਬਾਈ ਚਾਂਸ ਹੈ ਅਗਰ ਇਹ ਕੁਐਸਚਨ ਕੁਐਸਚਨ ਦਾ ਅਨਸਰ ਪ੍ਰੈਕਟਿਸ ਨਹੀਂ ਕਰਦੇ ਤੇ ਅੱਜ ਕੀ ਹਾਲਤ ਹੋਣੀ ਸੀ ਉੱਥੇ ਸਰ ਮੈਨੂੰ ਲੱਗਦਾ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਕਿਉਂਕਿ ਮੈਂ ਵੀ ਸਰ ਕਦੇ ਇਹ ਇੰਟਰਵਿਊ ਹੀ ਦਿੱਤੀ ਨਹੀਂ ਇਹ ਕਦੇ ਸਪਾਊਸ ਵਾਲੀ ਤੇ ਨਾ ਆਪਾਂ ਨੂੰ ਕੋਈ ਇਹੋ ਜਿਹਾ ਜਾਣ ਪਛਾਣ ਨਾਲ ਅਸੀਂ ਜਿਹਨੇ ਸਪਾਊਸ ਦੀ ਇੰਟਰਵਿਊ ਦਿੱਤੀ ਹੋਵੇ ਆਪਾਂ ਨੂੰ ਆਈਡੀਆ ਨਹੀਂ ਸੀਗਾ ਵੀ ਐਦਾਂ ਕੁਐਸਚਨ ਹੁੰਦੇ ਤੇ ਐਦਾਂ ਅਨਸਰ ਦੇਣੇ ਨਹੀਂ ਸਰ ਐਕਚੁਅਲੀ ਅਸੀਂ ਮੈਂ ਤੇ ਮਨਜਿੰਦਰ ਅਸੀਂ ਮਤਲਬ ਗੱਲਬਾਤ ਕਰਦੇ ਹੁੰਨੇ ਆਂ ਬਰੀ ਡੇਸ ਅੱਜ ਵੀ ਡਿਸਕਸ਼ਨ ਕੀਤੀ ਸੀ ਵੀ ਜੇ ਕਿਤੇ ਮਤਲਬ ਅਸੀਂ ਤੁਹਾਨੂੰ ਨਾਮ ਮਿਲਦੇ ਤੁਹਾਨੂੰ ਨਾ ਅਸੀਂ ਹਾਇਰ ਕਰਦੇ ਜਾਂ ਤੇ ਮੈਂ ਇਹਨਾਂ ਨੂੰ ਕਹਿੰਦਾ ਵੀ 100 ਕੀ 500% ਮੇਰੀ ਇੰਟਰਵਿਊ ਮੈਂ ਇਵਨ ਕਿ ਮੇਰੇ ਸਿਸਟਰ ਨਾਰਵੇ ਰਹਿੰਦੇ ਉਹਨਾਂ ਨਾਲ ਹੁਣੀ ਮੇਰੀ ਗੱਲ ਹੋ ਕੇ ਆਈ ਆ ਮੈਂ ਉਹਨਾਂ ਨੂੰ ਦੱਸਿਆ ਵੀ ਜੇ ਅਸੀਂ ਸਰਨੂ ਅਮਰਜੋਤ ਜੀ ਨੂੰ ਨਾਮ ਅਸੀਂ ਹਾਇਰ ਕਰਦੇ ਵੀ ਮੇਰੀ ਮੈਂ ਤੁਹਾਨੂੰ ਦੱਸਦਾ ਵੀ ਪੱਕਾ ਮੈਨੂੰ ਰਿਜੈਕਟ 100% ਕਰਨਾ ਸੀ ਉਹਨਾਂ ਨੇ ਕਿਉਂਕਿ ਮੇਰੇ ਕੋਲ ਸਵਾਲਾਂ ਦੇ ਜਵਾਬ ਮੈਨੂੰ ਪਤਾ ਹੀ ਨਹੀਂ ਸੀ ਕੁਝ ਹੋਣਾ ਹੀ ਨਹੀਂ ਸੀ ਮੇਰੇ ਕੋਲ ਜੀ ਜੀ ਸੋ ਜੀ ਚਲੋ ਸੋ ਕਿ ਇਥੇ ਇਥੇ ਵਾਇਗੁਰੂ ਦੀ ਮਰਜ਼ੀ ਹੈ ਪਰਮਾਤਮਾ ਦਾ ਸੰਜੋਗ ਹੈ ਆ ਹੋਰ ਹੋਰ ਦੱਸੋ ਕਿ ਕਿਹੜੇ ਕਿਹੜੇ ਹੋਰ ਜਿਹੜੇ ਆ ਜਿਹੜੇ ਖਾਸ ਖਾਸ ਕੁਐਸਚਨ ਤੁਹਾਨੂੰ ਚਿਤ ਹੈ ਜਿਹੜੇ ਵੀ ਆ ਪੁੱਛੇ ਗਏ ਤੁਹਾਨੂੰ ਉਹਨਾਂ ਨੇ ਮਤਲਬ ਕੁਝ ਖਾਸ हटके ਉਹ ਉਹ ਦੱਸੋ ਕਿਹੜੇ ਕਿਹੜੇ ਕੁਐਸਚਨ ਪੁੱਛੇ ਗਏ ਹਾਂਜੀ ਸਰ ਮਤਲਬ ਉਹਨਾਂ ਨੇ ਮੇਤੋਂ ਹੋਰ ਤਾਂ ਕੁਝ ਸਰ ਪੁੱਛਿਆ ਨਹੀਂ ਦੇਖੋ ਜਿਹੜਾ ਕੁਝ ਵੀ ਮਤਲਬ ਉਹ ਮੈਨੂੰ ਬਿਟੇ ਦੇ ਜਿਹੜਾ ਕੁਝ ਵੀ ਪੁੱਛਦੇ ਸੀਗੇ ਤੇ ਉਹ ਬਸ ਮਤਲਬ ਵਾਈਫ ਦੇ ਰਿਲੇਟਡ ਤੇ ਬੇਟੀ ਦੇ ਰਿਲੇਟਡ ਹੀ ਸੀ ਹੋਰ ਕੁਝ ਵੀ ਨਹੀਂ ਸੀਗਾ ਜੇ ਸਰ ਉਹਨਾਂ ਨੇ ਲਗਾ ਦਾ ਕੋਈ ਡਿਫਰੈਂਟ ਪੁੱਛਿਆ ਉਹ ਇਹ ਸੀਗਾ ਡੈਥ ਕਿਵੇਂ ਹੋਈ ਹਾਂ ਕਦੋਂ ਹੋਈ ਕੀ ਖਾਦਾ ਸੀ ਉਹਨੇ ਕਿਹਦੀ ਓਵਰਡੋਸ ਸੀ ਵਾਈਫ ਕਿੱਥੇ ਸੀ ਉਦੋਂ ਤੇਰੀ ਵਾਈਫ ਨੂੰ ਪਤਾ ਸੀਗਾ ਵੀ ਉਹ ਇਦਾਂ ਉਹ ਵੀ ਡਰਗ ਵਗੈਰਾ ਲੈਂਦੇ ਆ ਇੱਦਾਂ ਕਿਦਾਂ ਨਹੀਂ ਪਤਾ ਸੀਗਾ ਉਹ ਵਾਲੇ ਡੈਥ ਆ ਜਿਹੜੀ ਡਿਕਲੇਅਰ ਕਰਕੇ ਕਿਸੇ ਘਰ ਘਰ ਜਦੋਂ ਲੈ ਕੇ ਗਏ ਆ ਉਹ ਡਿਕਲੇਅਰ ਡੈਥ ਘਰ ਕਰਤੀ ਸੀ ਜਾਂ ਵੀ ਉਹਨੂੰ ਵੀ ਹਸਪੀਟਲ ਜਾ ਕੇ ਡੈਥ ਵੀ ਡੈਡ ਡਿਕਲੇਅਰ ਕੀਤਾ ਹਨਾ ਇੰਦਾ ਵੀ ਇਹ ਥੋੜੇ ਜਿਦਾ ਉਹ ਕੁਐਸਚਨ ਸੀ ਜਾਨੀ ਉਹਨਾਂ ਨੇ ਸਰ ਮੈਂ ਤੁਹਾਨੂੰ ਦੱਸਾਂ ਵੀ ਉਹਨਾਂ ਨੇ ਮਤਲਬ ਵਾਈਫ ਦਾ ਜੋ ਵੀ ਪਾਸਟ ਸੀਗਾ ਹੂੰ ਬਹੁਤ ਜ਼ਿਆਦਾ ਡੀਪਲੀ ਉਹਨਾਂ ਨੇ ਪੁੱਛਿਆ ਤੇ ਮੈਂ ਜਦੋਂ ਉਹਨਾਂ ਨੂੰ ਮਤਲਬ ਕੋਈ ਵੀ ਪ੍ਰੂਫ ਦਿਖਾਉਣ ਨੂੰ ਕਹਿੰਦਾ ਸੀ ਜਾਂ ਬੀਟੀ ਰਿਲੇਟਿਡ ਜਾਂ ਵਾਈਫ ਦੇ ਰਿਲੇਟਿਡ ਪਹਿਲਾਂ ਕੋਈ ਮੈਰਿਜ ਦੇ ਬਾਰੇ ਵਿੱਚ ਜਾਣੀ ਮੈਂ ਜਦੋਂ ਹੱਥ ਪਾਉਣ ਲੱਗਦਾ ਸੀ ਵੀ ਮੈਂ ਮੇਰੇ ਕੋਲ ਪ੍ਰੂਫ ਹੈ ਮੈਂ ਮੈਂ ਤੁਹਾਨੂੰ ਦਿਖਾਣਾ ਜਾਨੀ ਉਹ ਕਹਿੰਦੇ ਵੀ ਨਹੀਂ ਪ੍ਰੂਫ ਨਹੀਂ ਮੈਨੂੰ ਚਾਹੀਦਾ ਬਸ ਐਕਸਪਲੇਨ ਕਰੋ ਬੋਲੀ ਜਾਓ ਬੋਲੀ ਜਾਓ ਬੋਲੀ ਜਾਓ ਜੀ ਹਾਂਜੀ ਹਾਂਜੀ ਜੀ ਜੀ ਗੁੱਡ ਜੋ ਵੀ ਉਹਨਾਂ ਨੇ ਕੀ ਉਹਨਾਂ ਨੇ ਲਿਆ ਸੀ ਮਤਲਬ ਉਹਨਾਂ ਦੀ ਡੈਥ ਕਾਦੇ ਨਾਲ ਹੋਈ ਵੀ ਉਹ ਕੀ ਸੀ ਉਹ ਚੀਜ਼ ਜਿਹੜੀ ਉਹਨਾਂ ਨੇ ਲਈ ਡਰਗ ਕਿਹੜੀ ਸੀ ਉਹ ਜਿਹੜੀ ਡਰਗ ਸੀ ਉਹ ਨਾ ਕੀ ਸੀ ਉਹ ਡਰਗ ਤਿੰਨ ਚਾਰ ਵਾਰੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਉਹਦਾ ਨਾਂ ਕੀ ਸੀ ਮੈਂ ਕਿਹਾ ਵੀ ਮੈਂ ਵੀ ਮੈਨੂੰ ਨਾਂ ਨਹੀਂ ਉਹਨਾਂ ਦਾ ਪਤਾ ਵੀ ਇੰਗਲਿਸ਼ ਦੇ ਵਿੱਚ ਉਹਨਾਂ ਨੇ ਮੈਨੂੰ ਕੁਝ ਦੱਸਿਆ ਸੀ ਵੀ ਉਹ ਮੈਨੂੰ ਪਤਾ ਨਹੀਂ ਵੀ ਜਿੱਦਾਂ ਲਾਈਕ ਇੰਡੀਆ ਦੇ ਵਿੱਚ ਆਪਾਂ ਕਹਿ ਦਿੰਦੇ ਹੇਰੋਇਨ ਤੇ ਚੱਲਦੀ ਹੈ ਵੀ ਐਦਾਂ ਦਾ ਕੋਈ ਡਰਗ ਸੀਗਾ ਜੋ ਉਹਨਾਂ ਨੇ ਲਿਆ ਤੇ ਫਿਰ ਉਹ ਜੋ ਮਤਲਬ ਹਸਬੰਡ ਸੀ ਉਹਨਾਂ ਦਾ ਬਰਥ ਕਿੱਥੇ ਦਾ ਸੀ ਇਹ ਵੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਉਹ ਕਿੱਥੇ ਦਾ ਬਰਥ ਸੀ ਜੀ 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 ਡੈਸਕਡ ਮਤਲਬ ਕਿ ਮਤਲਬ ਕਿ ਆ ਵਾਈਫ ਦੀ ਪੁਰਾਣੀ ਸਾਰੀ ਸਾਰੀ ਇਨਫੋਰਮੇਸ਼ਨ ਜਿਹੜੀ ਪੁਰਾਣੀ ਮੈਰਿਜ ਹਿਸਟਰੀ ਦੇ ਬਾਰੇ ਤੁਹਾਨੂੰ ਮਤਲਬ ਕਿ ਅੱਜ ਦੇ ਹਸਬੰਦ ਨੂੰ ਅਗਰ ਜੇ ਪਤਾ ਨਹੀਂ ਹੈ ਤੇ ਫਿਰ ਉਹ ਸ਼ੱਕ ਕਰ ਦੇਣਗੇ ਵੀ ਇਹ ਵਾਕਈ ਕਨੈਕਟਡ ਹੈ ਕਿ ਨਹੀਂ ਵਾਈਫ ਨਾਲ ਹਾਂ ਜੀ ਸਰ ਈਵਨ ਕਿ ਉਹਨਾਂ ਨੇ ਇੱਥੇ ਤੱਕ ਵੀ ਪੁੱਛਿਆ ਵੀ ਤੁਹਾਡੇ ਵਾਈਫ ਦੀ ਸਟੱਡੀ ਕੀ ਆ ਉਹਨਾਂ ਨੇ ਸਟੱਡੀ ਕਿੱਥੋਂ ਕੀਤੀ ਆ ਕਿਹੜੇ ਕਾਲਜ ਤੋਂ ਕੀਤੀ ਆ ਕਿੱਥੋਂ ਕੀਤੀ ਆ ਕਦੋਂ ਆਸਟ੍ਰੇਲੀਆ ਗਏ ਆਸਟ੍ਰੇਲੀਆ ਕਿਹਦੇ ਨਾਲ ਗਏ ਹਸਬੰਦ ਆ ਜਿਹੜੇ ਉਹ ਕੈਨੇਡਾ ਕਿਹੜੇ ਬੇਸ ਤੇ ਆਏ ਸੀ ਕਿਹੜੇ ਸਾਲ ਚ ਆਏ ਸੀ ਟੋਟਲੀ ਕਦੋਂ ਉਹਨਾਂ ਦੀ ਮੈਰਿਜ ਹੋਈ ਕਦੋਂ ਉਹਨਾਂ ਦੀ ਡੈਥ ਹੋਈ ਕਦੋਂ ਉਹਨਾਂ ਦਾ ਬਰਥਡੇ ਆ ਟੋਟਲੀ ਉਹਨਾਂ ਨੇ ਸਾਰਾ ਕੁਝ ਪੁੱਛਿਆ ਪਰ ਇਹ ਸਾਰਾ ਆਪਾਂ ਡਿਸਕਸ ਕਰ ਚੁੱਕੇ ਸੀ ਸ਼ਾਇਦ ਹਾਂਜੀ 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 ਸਰ ਜੀ 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 ਹੋਰ ਹੋਰ ਇਸ ਤੋਂ ਬਾਅਦ ਕਿਹੜਾ ਹੋਰ ਕੁਐਸਚਨ ਹਾਂਜੀ ਸਰ ਉਹਨਾਂ ਨੇ ਮਤਲਬ ਬੇਟੀ ਬਾਰੇ ਪੁੱਛਿਆ ਵੀ ਤੁਹਾਡਾ ਉਹਦੇ ਨਾਲ ਕਿਦਾਂ ਰਿਲੇਸ਼ਨ ਆ ਤੁਸੀਂ ਇਹ ਦੱਸੋ ਵੀ ਮਤਲਬ ਗਰੇਵਾਲ ਦੀਆਂ ਮਤਲਬ ਉਹਨਾਂ ਦੀਆਂ ਜੋ ਵੀ ਆ ਵੀ ਉਹਨਾਂ ਦੀ ਪਿਕਚਰ ਹੁਣ ਘਰੇ ਲਗਾਈਆਂ ਹੋਈਆਂ ਜਾਂ ਨਹੀਂ ਇਦਾਂ ਵੀ ਉਹਨਾਂ ਨੇ ਪੁੱਛਿਆ ਕੈਨੇਡਾ ਕੈਨੇਡਾ ਦੇ ਵਿੱਚ ਵੀ ਲਗਾਈਆਂ ਹੋਈਆਂ ਜਾਂ ਨਹੀਂ ਬੇਟੀ ਨੂੰ ਉਹਦੇ ਬਾਰੇ ਪਤਾ ਆ ਕਿ ਨਹੀਂ ਪਤਾ ਬੇਟੀ ਨੂੰ ਪਤਾ ਆ ਉਹਦੇ ਬਾਰੇ ਨਹੀਂ ਉਹ ਵੀ ਪੁੱਛਿਆ ਉਹਨੂੰ ਦੱਸਿਆ ਜਾਂ ਨਹੀਂ ਦੱਸਿਆ ਉਹ ਉਹ ਦੱਸਿਆ ਕਿ ਇਹਨੇ ਉਹਨੂੰ ਦੇਖਿਆ ਜਾਂ ਨਹੀਂ ਦੇਖਿਆ ਪਿਕਚਰ ਉਹਨੂੰ ਦਿਖਾਉਣੀ ਹੈ ਹੁਣ ਵੀ ਜਾਂ ਨਹੀਂ ਦਿਖਾਉਣੀ ਜਾਨੀ ਬਹੁਤ ਕੁਝ ਸਰ ਉਹਨਾਂ ਨੇ ਛੋਟੇ ਛੋਟੇ ਜਿਹੇ ਛੋਟੇ ਛੋਟੇ ਸਵਾਲ ਸਾਰੇ ਟੋਟਲੀ ਜਾਨੀ ਉਹਨਾਂ ਨੇ ਪੁੱਛਿਆ ਹੁਣ ਤੁਹਾਡੇ ਨਾਲ ਕਿੱਦਾਂ ਰਹਿੰਦੀ ਆ ਇਹ ਕਿੱਦਾਂ ਤੁਹਾਡੇ ਨਾਲ ਡੀਲਿੰਗ ਆ ਇਹਦੀ ਜਿੱਦਾਂ ਹੁਣ ਮੈਂ ਦੱਸਿਆ ਉਹਨਾਂ ਨੂੰ ਵੀ ਮੇਰੇ ਕੋਲ ਇੰਡੀਆ ਆਈ ਆ ਹੁਣ ਏਦਾਂ ਫਿਰ ਉਹਨਾਂ ਨੂੰ ਮੈਂ ਬਹੁਤ ਸਾਰ ਜਾਨੀ ਮੇਰੇ ਕੋਲ ਕਹਿ ਲਓ ਆਪਾਂ ਵੀ ਜਿੱਦਾਂ ਹੁਣ ਮੈਨੂੰ ਇਹਦਾ ਇੰਨਾ ਜਾਨੀ ਫਾਇਦਾ ਹੋਇਆ ਸਰ ਇਸ ਗੱਲ ਦਾ ਵੀ ਇਹ ਵਾਈਫ ਆਈ ਨੇ ਮੇਰੇ ਕੋਲ ਬੇਟੀ ਆਈ ਆ ਮੈਂ ਇਹਨਾਂ ਨੂੰ ਬਹੁਤ ਡੀਪਲੀ ਦੇਖਿਆ ਸਰ ਇਹਨਾਂ ਨੂੰ ਇੱਕ ਡੇਢ ਮਹੀਨਾ ਮਿਲ ਗਿਆ ਮੈਨੂੰ ਵੀ ਇਹ ਕੀ ਕਰਦੀ ਆ ਕਿੱਦਾਂ ਖਾਂਦੀ ਆ ਕੀ ਪੀਂਦੀ ਆ ਕੀ ਪਲੇ ਕਰਦੀ ਆ ਮੰਮੀ ਡੈਡੀ ਨਾਲ ਰਿਸ਼ਤਾ ਕਿੱਦਾਂ ਦਾ ਮੇਰੇ ਨਾਲ ਕਿੱਦਾਂ ਦਾ ਵੀ ਉਹ ਚੀਜ਼ਾਂ ਤੇ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਤਾਂ ਮੇਰੇ ਕੋਲ ਬਹੁਤ ਲੰਮੀ ਸਪੀਚ ਹੋ ਗਈ ਬਸ ਬਜੀ ਤੇ ਇੱਥੇ ਰੁਕ ਜਾ ਇੱਥੇ ਰੁਕ ਜਾ ਬਸ ਦੇਖੋ ਦੇਖੋ ਮੇਰੇ ਖਾਲੇ ਬਹੁਤ ਹੀ ਐਮ ਐਮ ਹੁੰਦਾ ਹੈ ਕਿਉਂਕਿ ਤੁਹਾਨੂੰ ਇੱਕ ਆਪਣੇ ਵਾਈਫ ਤੇ ਬੱਚੇ ਨਾਲ ਟਾਈਮ ਮਿਲ ਕੇ ਆਬਜ਼ਰਵ ਕਰਨ ਦਾ ਕਿ ਤਾਂ ਕਰਕੇ ਤੁਸੀਂ ਉਹਨੂੰ ਉਹਨੂੰ ਆਪਣਾ ਵੀਜ਼ਾ ਆਪਸ਼ਨ ਨੂੰ ਦੱਸ ਸਕਦੇ ਕਿ ਵੀ ਕਿੱਦਾਂ ਦਾ ਬਿਹੇਵਰ ਹੈ ਜੇ ਜਿਹੜੇ ਲੋਕਾਂ ਕੋਲ ਐਕਚੁਅਲੀ ਟਾਈਮ ਹੀ ਨਹੀਂ ਆਪਸ ਵਿੱਚ ਸਪੈਂਡ ਕਰਨ ਦਾ ਉਹ ਕਿਵੇਂ ਦੱਸ ਸਕਦੇ ਆਨਸਰ ਹਾਂਜੀ 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 ਸਰ ਇਹ ਐਕਚੁਅਲੀ ਮੈਂ ਕਈ ਵਾਰ ਲੋਕਾਂ ਨੂੰ ਕਹਿ ਚੁੱਕਿਆ ਕਿ ਵੀ ਤੁਸੀਂ ਆਪਣੇ ਵਾਈਫ ਨੂੰ ਬੁਲਾਓ ਜਾਂ ਹਸਬੰਡ ਨੂੰ ਬੁਲਾਓ ਕੈਨੇਡਾ ਤੋਂ ਤੇ ਉਹ ਤੇ ਉਹਨੂੰ ਆਪਣੇ ਨਾਲ ਰਹਿ ਕੇ ਟਾਈਮ ਸਪੈਂਡ ਕਰੋ ਉਹ ਕਹਿੰਦੇ ਨੇ ਜੀ ਲੋਡ ਹੀ ਕੀ ਹੈ ਜੀ ਕੋਈ ਕਰਨਾ ਜੀ ਪੈਸੇ ਖਰਾਬ ਕਰਕੇ ਜੀ ਉੱਥੇ ਦੀ ਜੌਬ ਹੈ ਜੀ ਜੌਬ ਚਲੀ ਜਾਏਗੀ ਮੈਂ ਕਿ ਫਿਰ ਵੀਜ਼ਾ ਵੀ ਚਲਾ ਜਾਏਗਾ ਫਿਰ ਹਾਂਜੀ ਹਾਂਜੀ ਸਰ ਉਹਨਾਂ ਨੇ ਮਤਲਬ ਮੈਨੂੰ ਬਹੁਤ ਉਹਨਾਂ ਨੇ ਸੇਮ ਉਹੀ ਕੁਐਸਚਨ ਸਰ ਆਇਆ ਵੀ ਤੁਸੀਂ ਤੁਹਾਡੀ ਫਸਟ ਮੈਰਿਜ ਹੈ ਮੈਂ ਕਿਹਾ ਹਾਂਜੀ ਕਹਿੰਦੇ ਤੁਸੀਂ ਪਹਿਲਾਂ ਮਤਲਬ ਮੈਰਿਜਸ ਲਈ ਤੁਸੀਂ ਪਹਿਲਾਂ ਦੇਖਿਆ ਮੈਂ ਕਿਹਾ ਹਾਂਜੀ ਸੇਮ ਸਰ ਤੁਹਾਡਾ ਵਾਲਾ ਕੁਐਸਚਨ ਉਹ ਕਹਿੰਦੇ ਅੱਛਾ ਵੀ ਫਿਰ ਤੁਸੀਂ ਠੀਕ ਆ ਤੁਸੀਂ ਪਹਿਲਾਂ ਰਿਜੈਕਟ ਕਰਤਾ ਇਦਾਂ ਕਹਤਾ ਵੀ ਤੁਹਾਡੀ ਵਾਈਫ ਦਾ ਉਹਦੇ ਕੋ ਬੱਚਾ ਆ ਉਹਦਾ ਡਿਵੋਰਸ ਹੋਇਆ ਇਦਾਂ ਹੋਇਆ ਵੀ ਤੁਸੀਂ ਫਿਰ ਕਿਦਾਂ ਮੈਰਿਜ ਮਤਲਬ ਕਿਦਾਂ ਕਰਾ ਲਈ ਇਹ ਇੱਕ ਕੁਐਸਚਨ ਇੱਕ ਕੁਐਸਚਨ ਮੈਂ ਮੇਰੇ ਖਿਆਲ ਤੁਹਾਨੂੰ ਸ਼ੁਰੂ ਤੋਂ ਤੁਹਾਨੂੰ ਇਹ ਇਹ ਫੋਕਸ ਕਰੀ ਜਾ ਰਹੇ ਸੀ ਕਰੀ ਜਾ ਰਹੇ ਸੀ ਕਾਫੀ ਟਾਈਮ ਫਸਟ ਡੇ ਹਾਂਜੀ ਹਾਂਜੀ ਸਰ ਆਪਣੇ ਮੇਨ ਕੁਐਸਚਨਸ ਵਿੱਚ ਸੀ ਹਾਂਜੀ ਮੇਨ ਕੁਐਸਚਨ ਦੇ ਵਿੱਚ ਸੀ ਸਾਰੇ ਮਤਲਬ ਉਹਨਾਂ ਨੇ ਸੇਮ ਉਦਾਂ ਹੀ ਪੁੱਛਿਆ ਤੇ ਫੇਰ ਸਰ ਉਹੀ ਚਲੋ ਆਪਣੇ ਕੋਲ ਜੋ ਮਟੀਰੀਅਲ ਆਪਾਂ ਕੀਤਾ ਸੀ ਉਹ ਸਾਰਾ ਮੈਂ ਮਤਲਬ ਉਹਨਾਂ ਨੂੰ ਦੱਸਿਆ ਜੋ ਵੀ ਸੀਗਾ ਆਪਣਾ ਤੇ ਉਹਨਾਂ ਨੇ ਮਤਲਬ ਪਹਿਲਾਂ ਪੁੱਛਿਆ ਵੀ 2008 ਦੇ ਵਿੱਚ ਮਤਲਬ ਜੋ ਆਸਟ੍ਰੇਲੀਆ ਜਾਣ ਵਾਲਾ ਸੀਗਾ ਉਹ ਸਾਰਾ ਪੁੱਛਿਆ ਤੇ ਉਹ ਉਹ ਫਿਰ ਕਹਿੰਦੇ ਵੀ 2000 ਜਿਹੜਾ 8 ਦੇ ਵਿੱਚ ਆਸਟ੍ਰੇਲੀਆ ਗਿਆ ਬਾਈ ਉਹਦੇ ਵਿੱਚ ਜੋ ਹਸਬੰਡ ਸੀ ਉਹ ਮਤਲਬ ਜੀ ਸਪான்ਸਰ ਗਿਆ ਸੀ ਮੈਂ ਕਿਹਾ ਹਾਂ ਜੀ ਕਹਿੰਦੇ ਫਿਰ ਤੁਹਾਨੂੰ ਇਹ ਨਹੀਂ ਲੱਗ ਰਿਹਾ ਵੀ ਤੁਹਾਡੀ ਵਾਈਫ ਨੇ ਪੈਸੇ ਲਾਇਆ ਉਹਨਾਂ ਤੋਂ ਹੂੰ ਤੇ ਉਹ ਕਹਿੰਦੇ ਵੀ ਉਹਨਾਂ ਨੇ ਤੁਹਾਨੂੰ ਲੱਗ ਨਹੀਂ ਰਿਹਾ ਵੀ ਪੈਸੇ ਲੈ ਮੈਂ ਕਿਹਾ ਮੈਂ ਵੀ ਨਹੀਂ ਕੋਈ ਐਦਾਂ ਦੀ ਪੈਸੇ ਵਾਲੀ ਗੱਲ ਮੈਨੂੰ ਤੇ ਪਤਾ ਨਹੀਂ ਮੈਂ ਕਿਹਾ ਨਹੀਂ ਉਹ ਬਸ ਐਜ਼ ਇਹ ਉਹਨਾਂ ਨੇ ਹਾਈਲਾਈਟਸ ਕੀਤੀ ਹੋਈ ਸੀ ਤੋਂ ਤੇ ਉਹ ਬਸ ਐਜ਼ ਸਪான்ਸਰ ਗਏ ਸੀ ਉਹਨਾਂ ਦੇ ਹੂੰ ਤੇ ਕਹਿੰਦੇ ਫਿਰ ਤੁਸੀਂ ਵਾਈਫ ਤੇ ਯਕੀਨ ਕਰ ਲਿਆ ਮੈਂ ਕਿਹਾ ਹਾਂਜੀ ਨਹੀਂ ਫਿਰ ਪਹਿਲਾਂ ਇਹਨਾਂ ਨੂੰ ਕਹਿੰਦੀ ਸਰ ਉਹ अच्छा ਇਹਦਾ ਮਤਲਬ ਇਹ ਹੋਇਆ ਵੀ ਜੋ ਤੇਰੀ ਜਿੱਦਾਂ ਇਹ ਕੋਈ ਵੀ ਗੱਲ ਕਰਦੇ ਸੀ ਮੰਨ ਲਓ ਵੀ ਪਹਿਲੇ ਹਸਬੰਦ ਵਰ ਪੁੱਛਿਆ ਇਹਨਾਂ ਨੇ ਤਾਂ ਇਦਾਂ ਹੀ ਕਹਿਣਾ ਜਿੱਦਾਂ ਮੇਰੀ ਵਾਈਫ ਨੇ ਮੈਨੂੰ ਦੱਸਿਆ ਇਹ ਕਿਹੜਾ ਉਸ ਟਾਈਮ ਮੇਰੇ ਕੋਲ ਸੀ ਨਾ ਸੀ ਜਾਣਦੇ ਸੀ ਇਹ ਕਹਿ ਦਿੰਦੇ ਸੀ ਜਿੱਦਾਂ ਮੇਰੀ ਵਾਈਫ ਨੇ ਮੈਨੂੰ ਦੱਸਿਆ ਹਨਾ ਕਿ ਵੀ ਅੱਛਾ ਇਹਦਾ ਮਤਲਬ ਜਿਹੜਾ ਤੇਰਾ ਵਾਈਫ ਕੁਝ ਕਹਿੰਦੀ ਆ ਉਹ ਤੂੰ ਉਹਦੇ ਤੇ ਯਕੀਨ ਕਰ ਲੈਣਾ ਤੂੰ ਮੈਂ ਕਿਹਾ ਹਾਂਜੀ ਫਿਰ ਇਹ ਕਹਿੰਦੇ ਹਾਂਜੀ ਕਰਨਾ ਹੈ ਮੇਰੀ ਵਾਈਫ ਆ ਮੇਰੇ ਤੇ ਟਰਸਟ ਕਰਦਾ ਹੈ ਕਹਿੰਦੇ ਫੇਰ ਕਹਿੰਦੀ ਠੀਕ ਆ ਜੀ ਜੀ ਨਾਸਕਰ ਆ ਹਾਂਜੀ ਜੀ ਜੇ ਹੁਣ ਆਪਾਂ ਉਹਦੇ ਤਾਂ ਆਪਾਂ ਕਹਿ ਦਿੰਦੇ ਵੀ ਜਦੋਂ ਉਹਨਾਂ ਦੇ ਹਸਬੰਦ ਦੀ ਡੈਥ ਹੋਈ ਮੈਂ ਕਿਹੜਾ ਉੱਥੇ ਸੀ ਜੋ ਉਹਨਾਂ ਨੇ ਮੈਨੂੰ ਦੱਸਣਾ ਮੈਂ ਤਾਂ ਉਹੀ ਗੱਲ ਸੁਣਨੀ ਆ ਉਹਦੇ ਤੇ ਟਰਸਟ ਕਰਨਾ ਹਾਂ ਮੈਂ ਹੁਣ ਉਹਨੂੰ ਜਾਣਦਾ ਹਾਂ ਤਾਂ ਕਰਕੇ ਮੈਨੂੰ ਉਹਦੇ ਟਰਸਟਾਂ ਦੀਆਂ ਗੱਲਾਂ ਤੇ ਟਰਸਟ ਆ ਹਨ ਹੂੰ ਜੇ ਫਿਰ ਵਾਈਫ ਪੀਆਰ ਕਦੋਂ ਹੋਏ ਮਤਲਬ ਤੁਸੀਂ ਕਹਿੰਦੇ ਹੋ 2008 ਦੇ ਵਿੱਚ ਤੁਹਾਡੇ ਵਾਈਫ ਆਸਟ੍ਰੇਲੀਆ ਗਏ ਫਿਰ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਕੋਈ ਪੜ੍ਹਾਈ ਵੀ ਕੀਤੀ ਮੈਂ ਕਿਹਾ ਹਾਂਜੀ ਵੀ ਉਹਨਾਂ ਨੇ ਆਹ ਵਾਲਾ ਉਹਨਾਂ ਦਾ ਜੋ ਕੋਰਸ ਸੀਗਾ ਉਹ ਗਏ ਕਿਹੜੀ ਪੜ੍ਹਾਈ ਕੀਤੀ ਉਹਨਾਂ ਨੇ ਪੜ੍ਹਾਈ ਕਿਹੜੀ ਕੀਤੀ ਸੱਚ ਉਹਨਾਂ ਨੇ ਇਹ ਵੀ ਪੁੱਛਿਆ ਜੀ ਹੂੰ ਵੀ ਚਲੋ ਠੀਕ ਆ ਆਸਟ੍ਰੇਲੀਆ ਗਏ ਉਹ ਪਰ ਉੱਥੇ ਕਰਨ ਕੀ ਗਏ ਸੀ ਪੜ੍ਹਾਈ ਕਿਹੜੀ ਕੀਤੀ ਮੈਂ ਕਿਹਾ ਪੜ੍ਹਾਈ ਕਰਨ ਗਏ ਸੀ ਕਿਹੜੀ ਪੜ੍ਹਾਈ ਕਰਨ ਗਏ ਸੀ ਉਹ ਸਰ ਹੁਣ ਚਲੋ ਮੈਨੂੰ ਪਤਾ ਸੀ ਵੀ ਮੈਂ ਕਿਹਾ ਵੀ ਦੈਨ ਬੀ ਕਾਮ ਕੀਤੀ ਉਹਨਾਂ ਨੇ ਤੇ ਉਸ ਤੋਂ ਬਾਅਦ ਉਹ ਸੇਮ ਉਹਨਾਂ ਦਾ ਕੋਰਸ ਹੀ ਅਕਾਊਂਟਿੰਗ ਦਾ ਕੋਰਸ ਤੇ ਉਹ ਵੀ ਮੈਨੂੰ ਪਤਾ ਸੀ ਤੇ ਛੋਟੀਆਂ ਛੋਟੀਆਂ ਗੱਲਾਂ ਵੀ ਉਹਨਾਂ ਪੁੱਛਿਆ ਫਿਰ ਉਹਨਾਂ ਨੇ ਕੋਈ ਉੱਥੇ ਸਟੱਡੀ ਕੰਪਲੀਟ ਕੀਤੀ ਮੈਂ ਕਿਹਾ ਨਹੀਂ ਸਰ ਉਹਨਾਂ ਨੇ ਕੋਸ ਚੇਂਜ ਕਰ ਲਿਆ ਕਿਉਂ ਚੇਂਜ ਕਰ ਲਿਆ ਸਟੱਡੀ ਕਿਉਂ ਨਹੀਂ ਕੰਪਲੀਟ ਕੀਤੀ ਮੈਂ ਕਿਹਾ ਵੀ ਉਹ ਫਿਰ ਕੈਨੇਡਾ ਦਾ ਉਹਨਾਂ ਦਾ ਮਤਲਬ ਕੈਨੇਡਾ ਚਲੇ ਗਏ ਉਹਨਾਂ ਦਾ ਵੀਜ਼ਾ ਆ ਗਿਆ ਕੈਨੇਡਾ ਉਹ ਕਿਉਂ ਗਏ ਮੈਂ ਕਿਹਾ ਵੀ ਪਹਿਲਾਂ ਉਹਨਾਂ ਨੇ ਫਾਈਲ ਸਬਮਿਟ ਕੀਤੀ ਹੋਈ ਸੀ 2006 ਦੇ ਵਿੱਚ ਫਾਈਲ ਸਬਮਿਟ ਹੋਈ ਹੋਈ ਸੀ ਜਾਨੀ ਉਹਨਾਂ ਨੇ ਸਰ ਮਤਲਬ ਇੰਨਾ ਕੁ ਜ਼ਿਆਦਾ ਸਾਰਾ ਕੁਝ ਇੰਨਾ ਕੁ ਫੋਕਸ ਕੀਤਾ ਵੀ ਇਹਨੂੰ मतलब पता है, है कि नहीं पता है कि अपनी वाइफ बारे अगर, अगर, मेरे, ख्याल अगर मेरे ख्याल है कि अगर मनदीप मेरे ख्याल है कि अगर हस्बैंड ਨੂੰ ਜਿਸ ਤਾ ਤੁਹਾਡਾ ਕੇਸ ਹੈ ਅਗਰ ਹਸਬੰਡ ਨੂੰ ਵਾਈਫ ਦੀ ਇੰਨੀ ਡੂੰਘਾਈ ਤੱਕ ਨੌਲੇਜ ਨਹੀਂ ਹੈ ਤੇ ਵੀਜ਼ਾ ਇਹਨੂੰ ਮਿਲ ਨਹੀਂ ਸਕਦਾ ਵਾਟ ਯੂ ਥਿੰਕ ਨਹੀਂ ਸਰ ਨਹੀਂ ਸਰ ਮਤਲਬ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਆਈ ਥਿੰਕ ਸ਼ਾਇਦ ਉਹ ਮੈਮ ਜਿਹੜੇ ਸੀਗੇ ਵੀ ਉਹ ਸ਼ਾਇਦ ਪੰਜਾਬੀ ਹੋਣਗੇ ਉਹ ਮੇਬੀ ਤੇ ਜਾਨੀ ਉਹ ਜੇ ਕਿਤੇ ਮੈਂ ਕਿਸੇ ਗੱਲ ਚ ਨਾ ਮੈਂ ਕਹਿੰਦਾ ਮੈਨੂੰ ਨਹੀਂ ਪਤਾ ਜਦਾ ਹੁੰਦਾ ਤਾਂ ਫਿਰ ਬਹੁਤ ਜ਼ਿਆਦਾ ਟਫ ਹੋ ਸਕਦਾ ਸੀ ਕਿਉਂਕਿ ਹਾਂ ਬਹੁਤ ਖਿੱਚਦੇ ਫਿਰ ਉਹ ਕਿਉਂਕਿ ਉਹ ਉਹਨਾਂ ਨੇ ਮੈਨੂੰ ਮਤਲਬ ਸਾਹ ਨਹੀਂ ਲੈਣ ਦਿੱਤਾ ਉਹਨਾਂ ਦਾ ਇੱਕ ਕੁਐਸਚਨ ਮੈਂ ਜਵਾਬ ਦੇ ਕੇ ਹਟਦਾ ਵੀ ਨਹੀਂ ਸੀ ਜਦੋਂ ਦੂਸਰਾ ਰੈਡੀ ਹੁੰਦਾ ਸੀ ਉਹਨਾਂ ਦਾ ਮਤਲਬ ਏਦਾਂ ਤਿਆਰੀ ਕਰ ਤਿਆਰੀ ਕਰਕੇ ਆਈ ਹੋਗੀ ਨਾ ਪਹਿਲਾਂ ਤੁਹਾਡੀ ਫਾਈਲ ਪੜ੍ਹ ਕੇ ਤਿਆਰੀ ਕਰਕੇ ਕੁਐਸਚਨ ਲਿਖ ਕੇ ਆਈ ਹੋਈ ਹੋ ਹਾਂਜੀ ਹਾਂਜੀ ਸਰ ਮਤਲਬ ਉਹਨਾਂ ਦੇ ਜਿਵੇਂ ਕਹਿ ਲੋ ਵੀ ਆਪਾਂ ਬੰਦੂਕ ਬੰਦੂਕ ਹੁੰਦੀ ਹੈ ਜਾਂ ਆਪਾਂ ਕਹਿ ਲਈਏ ਵੀ ਉਹ ਗੋਲੇ ਸੀ ਉਹਨਾਂ ਕੋਲ ਮਤਲਬ ਇੱਕ ਦੋ ਬਾਅਦ ਸਿੱਟੀ ਜਾ ਰਹੇ ਸੀ ਉਹ ਲਗਾਤਾਰ 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 ਮਤਲਬ ਪਰ ਸਰ ਇਹ ਵੀ ਗੁੱਡ ਮੈਨ ਲੱਗਿਆ ਵੀ ਗੋਡਾ ਜੀ ਉਹ ਤੁਹਾਡੇ ਆਨਸਰ ਦੇ ਵਿੱਚੋਂ ਤੁਹਾਨੂੰ ਹੋਰ ਕੁਐਸਚਨਿੰਗ ਨਹੀਂ ਕਰਦੇ ਮੀਨਸ ਤੁਹਾਡੇ ਆਨਸਰ ਦੇ ਨਾਲ ਸੈਟੀਸਫਾਈਡ ਹੋ ਰਹੇ ਸੀਗੇ ਇਹ ਵੀ ਗੁੱਡ ਪੁਆਇੰਟ ਲੱਗਿਆ ਮੈਨੂੰ ਹਾਂ ਜੀ ਬਿਲਕੁਲ ਯੂ ਆਰ ਰਾਈਟ ਯਾ ਐਬਸੋਲੂਟਲੀ ਤੇ ਫਿਰ 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 ਇਹ ਕਿਵੇਂ ਤਸਵੀਰ ਚੇਂਜ ਹੋਈ ਹੈ ਮਤਲਬ ਕਿਸ ਤਰ੍ਹਾਂ ਉਹਨਾਂ ਨੇ ਜਦ ਜਦ ਇੰਟਰਵਿਊ ਚੱਲ ਰਿਹਾ ਸੀ ਤੁਹਾਨੂੰ ਲੱਗ ਲੱਗਣ ਲੱਗਿਆ ਮੇਰੇ ਖਿਆਲ ਅੱਧੇ ਘੰਟੇ ਬਾਅਦ ਕੁਝ ਟਾਈਮ ਬਾਅਦ ਕਿ ਹਾਂ ਵੀ ਇਹ ਮੇਰੇ ਫੇਵਰ ਚ ਜਾ ਰਹੀ ਹੈ ਕਹਾਣੀ ਹੈ ਕਿਸ ਤਰ੍ਹਾਂ ਚੱਲ ਰਹੀ ਹੈ ਹਾਂਜੀ ਸਰ ਮੈਂ ਮਤਲਬ ਉਹਨਾਂ ਨੂੰ ਹਰ ਇੱਕ ਗੱਲ ਦਾ ਮਤਲਬ ਜਵਾਬ ਉਹਨਾਂ ਨੂੰ ਦੇ ਜਾ ਰਿਹਾ ਸੀ ਤੇ ਕੋਈ ਵੀ ਸਰ ਐਦਾਂ ਦਾ ਮਤਲਬ ਕੋਈ ਉਹਨਾਂ ਦਾ ਚਲੋ ਆਪਾਂ ਬਲੀਵ ਕਰਦੇ ਹਾਂ ਵਾਹਿਗੁਰੂ ਦੇ ਵਿੱਚ ਵੀ ਉਹਨਾਂ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਐਦਾਂ ਦਾ ਕੋਈ ਕੁਐਸਚਨ ਹੈ ਹੀ ਨਹੀਂ ਸੀ ਸਰ ਜਿਹਦਾ ਮੇਰੇ ਕੋਲ ਮਤਲਬ ਜਵਾਬ ਨਹੀਂ ਸੀ ਜੋ ਵੀ ਉਹ ਪੁੱਛਦੇ ਸੀ ਮੇਰੇ ਕੋ ਹਰ ਇੱਕ ਉਹਨਾਂ ਦੇ ਸਵਾਲ ਦਾ ਜਵਾਬ ਸੀਗਾ ਜੋ ਵੀ ਉਹ ਪੁੱਛਦੇ ਸੀ ਤੇ ਮੇਰੇ ਕੋਲ ਐਕਸਪਲੇਨ ਐਕਸਪਲੇਨੇਸ਼ਨ ਲਈ ਜੋ ਵੀ ਹੁੰਦਾ ਵੀ ਮੇਰੇ ਕੋਲ ਬਹੁਤ ਜ਼ਿਆਦਾ ਸੀਗਾ ਮਟੀਰੀਅਲ ਸਰ ਇੱਕ ਸਰ ਇਹਨੂੰ ਥੋੜੀ ਜਿਹੀ ਮੇਰੇ ਮੇਰੇ ਖਿਆਲ ਅਕੇ ਤੁਸੀਂ ਤੁਸੀਂ ਉਹਨੂੰ ਇੰਟਰਵਿਊ ਦੀ ਕਿਤਾਬ ਹੀ ਲਿਖ ਦੋਗੇ ਕੋਈ ਗੱਲ ਮੈਨੂੰ ਲੱਗਦਾ ਕੋਈ ਹਾਂਜੀ ਨਹੀਂ ਸਰ ਇਹ ਜਿੱਦਾਂ ਇਹ ਜਿੱਦਾਂ ਇਹ ਨਾ ਰਿਲੇਟ ਕਰ ਦਿੰਦੇ ਸੀਗੇ ਜਿੱਦਾਂ ਉਹਨਾਂ ਨੇ ਪੁੱਛਿਆ ਵੀ ਬੇਟੀ ਤੁਹਾਡੇ ਨਾਲ ਕਿਵੇਂ ਆ ਜਿੱਦਾਂ ਇਹਨਾਂ ਨੇ ਕਿਹਾ ਸਰ ਇਹਨਾਂ ਨੇ ਸਰ ਸੱਚ ਬੋਲਿਆ ਆਪਾਂ ਝੂਠ ਕੋਲ ਬਿਲਕੁਲ ਨਹੀਂ ਬੋਲਿਆ ਇਹਨਾਂ ਨੇ ਉਦਾਂ ਹੀ ਦੱਸਿਆ ਸਰ ਜਦੋਂ ਜੀ ਮੇਰੀ ਬੇਟੀ ਵਿਆਹ ਨੂੰ ਆਈ ਸੀ ਉਦੋਂ ਆਪਣੀ ਮੰਮਾ ਲਈ ਪਜੈਸਿਵ ਸੀਗੀ ਉਦੋਂ ਉਹ ਮੇਰੇ ਕੋਲੇ ਆਈ ਨਹੀਂ ਜੇ ਮੈਂ ਕਦੇ ਲਾਲੀਪਾਪ ਦਿੰਦਾ ਸੀ ਉਦੋਂ ਆਉਂਦੀ ਸੀ ਉਦਾਂ ਨਹੀਂ ਆਉਂਦੀ ਸੀ ਫਿਰ ਉਹ ਹੀ ਦੱਸਿਆ ਵੀ ਜਿਹੜਾ ਆਪਾਂ ਬੇਟੀ ਨੂੰ ਆਹ ਜਿਹੜਾ ਕਸਾ ਵਗੈਰਾ ਦਾ ਸਾਰ ਕੀਤਾ ਸਰ ਮਤਲਬ ਐਕਚੁਅਲੀ ਸਰ ਜੋ ਵੀ ਉਹ ਮੈਨੂੰ ਕੁਐਸਚਨ ਪੁੱਛਦੇ ਸੀ ਜਿੱਦਾਂ ਹੁਣ ਤੁਸੀਂ ਚਲੋ ਦੱਸਿਆ ਸੀਗਾ ਵੀ ਉਦਾਂ ਸਰ ਮੈਂ ਜਦੀ ਉਹਨਾਂ ਨੂੰ ਕਹਿ ਦਿੰਦਾ ਸੀ ਵੀ ਮੈਂ ਮੇਰੇ ਕੋਲ ਪ੍ਰੂਫ ਆ ਵੀ ਮੈਂ ਤੁਹਾਨੂੰ ਪਹਿਲਾਂ ਨਾਲ ਪ੍ਰੂਫ ਦਿਖਾ ਦਿੰਨਾ ਮੈਂ ਜਦ ਹੀ ਨੀਚੇ ਜਦ ਆਪਦੇ ਬੈਗ ਦੇ ਵਿੱਚੋਂ ਪ੍ਰੂਫ ਕੱਢਣ ਲੱਗਦਾ ਸੀ ਤਾਂ ਉਹ ਕਹਿੰਦੇ ਨਹੀਂ 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 ਮੈਨੂੰ ਪ੍ਰੂਫ ਨਹੀਂ ਚਾਹੀਦਾ ਮੈਨੂੰ ਐਕਸਪਲੇਨੇਸ਼ਨ ਚਾਹੀਦੀ ਹੈ ਬਸ ਮੈਨੂੰ ਉਹਨਾਂ ਨੇ 5 6 ਵਾਰੀ ਮੈਂ ਪ੍ਰੂਫ ਕੱਢਣ ਲੱਗਾ ਕਿਉਂਕਿ ਸਰ ਸਾਡੇ ਕੋਲ ਅਸੀਂ ਦੇਖਿਆ ਉੱਥੇ ਜਿੰਨੇ ਵੀ ਲੋਕਾਂ ਦੀ ਇੰਟਰਵਿਊ ਸੀ ਸਭ ਤੋਂ ਜ਼ਿਆਦਾ ਪ੍ਰੂਫ ਸਾਡੇ ਕੋਲ ਸੀਗੇ ਬੈਗ ਜ਼ਿਆਦਾ ਬਹੁਤ ਬੈਗ ਸੀ ਉੱਥੇ ਤੁਹਾਨੂੰ ਦੇਖ ਤੁਹਾਨੂੰ ਦੇਖਦੇ ਹੁੰਦੇ ਕਿ ਬੰਦੇ ਇਹ ਕੋਈ ਪੀ ਐਚ ਡੀ ਕਰਨ ਆਏ ਐ ਠੇਕ ਪ੍ਰੂਫ ਦੇ ਕੇ ਵੀ ਇਹ ਕਰਨ ਕੀ ਆਏ ਲੋਗ ਐ ਹਾਂਜੀ 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 ਸਰ ਜਾਨੀ ਆਪਾਂ ਜਿੱਦਾਂ ਸਰ ਤੁਸੀਂ ਕਿਹਾ ਸੀ ਆਪਾਂ ਉਦਾਂ ਆਪਦੇ ਵੱਲੋਂ ਵੀ ਜਾਨੀ 100% ਤਿਆਰੀ ਦੇ ਵਿੱਚ ਇਥੋਂ ਗਏ ਸੀਗੇ ਤੇ ਮੈਂ ਉਹਨਾਂ ਨੂੰ ਹਰ ਇੱਕ ਸਵਾਲ ਦੇ ਜਵਾਬ ਦੇਣ ਤੋਂ ਪਹਿਲਾਂ ਉਹਨਾਂ ਦਾ ਕੁਐਸਚਨ ਹੁੰਦਾ ਸੀ ਮੈਂ ਕਹਿੰਦਾ ਸੀ मैम ਮੈਂ ਤੁਹਾਨੂੰ ਨਾਲ ਇਸ ਚੀਜ਼ ਦੀ ਐਕਸਪਲੇਨੇਸ਼ਨ ਤਾਂ ਦੇਣੀ ਆ ਵੀ ਨਾਲ ਮੈਂ ਤੁਹਾਨੂੰ ਪ੍ਰੂਫ ਵੀ ਦਿਖਾਉਣਾ ਜਦੋਂ ਮੈਂ ਪ੍ਰੂਫ ਚੱਕਣਾ ਲੱਗਦਾ ਸੀ ਤੇ ਉਹ ਕਹਿੰਦੀ ਸੀ ਨਹੀਂ ਨਹੀਂ ਮੈਨੂੰ ਪ੍ਰੂਫ ਨਹੀਂ ਚਾਹੀਦੇ ਬਸ ਤੁਸੀਂ ਐਕਸਪਲੇਨੇਸ਼ਨ ਦੋ ਬੋਲੀ ਜਾਓ ਬੋਲੀ ਜਾਓ ਜੋ ਮੈਂ ਬੋਲੀ ਜਾਓ ਬੋਲੀ ਜਾਓ ਤੇ ਫਿਰ ਤੇ ਫਿਰ ਵਾਈਫ ਨੂੰ ਹੈ ਮਨਜਿੰਦਰ ਤੁਹਾਨੂੰ ਵੀ ਤੁਹਾਡੇ ਨਾਲ ਵੀ ਕੋਈ ਗਲਬਤ ਹੋਈ ਹੈ ਲੇਟਰ ਆਨ ਕਿ ਨਹੀਂ ਨਹੀਂ ਸਰ ਉਹਨਾਂ ਨੇ ਮੇਰੇ ਨਾਲ ਕੋਈ ਨਹੀਂ ਜਦੋਂ ਇਹਨਾਂ ਦੀ ਇੰਟਰਵਿਊ ਯਾਨੀ ਇਹ ਇਹਨਾਂ ਦੇ ਲਈ ਡਨ ਹੋ ਗਈ ਤਾਂ ਉਹ ਮੈਨੂੰ ਅੰਦਰ ਬੁਲਾ ਲਿਆ ਮੈਂ ਤੇ ਬੇਟੀ ਅੰਦਰ ਚਲੇ ਗਏ ਹਾਂ ਸਰ ਐਕਚੁਅਲੀ ਮੈਂ ਤੁਹਾਨੂੰ ਦੱਸਦਾ ਵੀ ਜਿੱਦਾਂ ਸੇਮ ਉਹੀ ਸਰ ਗੱਲ ਹੋ ਗਈ ਵੀ ਨਹੀਂ ਮੇਬੀ ਜਿੱਦਾਂ ਲੋਕਾਂ ਦੀ ਹੁਣ ਸਰ ਆਪਾਂ ਇੰਟਰਵਿਊ ਸੁਣਦੇ ਆ ਤੁਹਾਡੇ ਚੈਨਲ ਤੋਂ ਆਉਂਦੀਆਂ ਨੇ ਜਾਂ ਕੁਝ ਵੀ ਵੀ ਲੋਕੀ ਕਹਿੰਦੇ ਆ ਵੀ ਸਾਡੀ ਇੰਟਰਵਿਊ ਘੰਟੇ ਦੀ ਹੋਈ ਡੇਢ ਘੰਟੇ ਦੀ ਹੋਈ ਸਵਾ ਘੰਟੇ ਦੀ ਯਾਨੀ ਆਈ ਥਿੰਕ ਆਪਣੀ ਇੰਟਰਵਿਊ ਮੈਨੂੰ ਲੱਗਦਾ 20 25 ਮਿੰਟ ਜਾਂ ਅੱਧੇ ਘੰਟੇ ਦੀ ਜਿਆਦਾ ਤੋਂ ਜਿਆਦਾ ਨਹੀਂ ਜਿਆਦਾ ਲੰਬੀ ਨਹੀਂ ਸੀ ਕਿਉਂਕਿ ਉਹਨਾਂ ਕੋਲ ਮੇ ਵੀ ਸ਼ਾਇਦ ਕੁਝ ਬੱਚੇ ਹੀ ਨਹੀਂ ਹੁਣ ਉਹਨਾਂ ਨੇ ਜਦੋਂ ਬੇਟੀ ਦੇ ਬਾਰੇ ਗੱਲਬਾਤ ਕੀਤੀ ਤਾਂ ਸਰ ਮੇਰੇ ਕੋਲ ਕਈ ਮਿੰਟ ਦਾ ਮੇਰੇ ਕੋਲ ਮਤਲਬ ਜਵਾਬ ਸੀਗਾ ਜਿਹਦਾ ਮੈਂ ਬਹੁਤ ਲੰਮਾ ਜਵਾਬ ਉਹਨਾਂ ਨੂੰ ਦਿੱਤਾ ਮਸਾਲਾ ਤੁਹਾਡੇ ਕੋਲ ਸੀ کافی ਉਹਨਾਂ ਨੇ ਬੇਬੀ ਉਹ ਸੇਮ ਉਹਨਾਂ ਨੇ ਬੇਬੀ ਬਾਰੇ ਵੀ ਪੁੱਛਿਆ ਕੀ ਤੁਸੀਂ ਬੇਬੀ ਲੈਂਡ ਬਾਰੇ ਸੋਚਿਆ ਤੁਹਾਡੀ ਵਾਈਫ ਤੇ ਤੁਸੀਂ ਉਹ ਚੀਜ਼ ਦਾ ਵੀ ਮਤਲਬ ਉਹਨਾਂ ਨੇ ਪੁੱਛਿਆ ਇਹਦੇ ਬਾਰੇ ਵੀ ਇਹਦੇ ਬਾਰੇ ਵੀ ਆਪਾਂ ਡਿਸਕਸ ਕੀਤਾ ਸੀ ਸ਼ਾਇਦ ਹਾਂਜੀ 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 ਸਰ ਮਤਲਬ ਉਹ ਵੀ ਕਰਨਾ ਨਹੀਂ ਕਰਨਾ ਹਾਂਜੀ 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 ਉਹ ਵੀ ਉਹਨਾਂ ਨੇ ਪੁੱਛਿਆ ਤੇ ਉਹਦਾ ਵੀ ਮੇਰੇ ਕੋਲ ਮਤਲਬ ਜਵਾਬ ਸੀ ਮੈਂ ਸੇਮ ਜਿਹੀ ਉਹਨਾਂ ਨੂੰ ਜਵਾਬ ਦਿੱਤਾ ਫਿਰ ਜਦੋਂ ਬੇਟੀ ਬਾਰੇ ਸਰ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਬੇਟੀ ਨਾਲ ਕੀ ਕੀ ਰਿਸ਼ਤਾ ਕਿੱਦਾਂ ਦਾ ਰਿਸ਼ਤਾ ਤੁਸੀਂ ਫਿਰ ਸਰ ਮੇਰੇ ਕੋਲ ਬਹੁਤ ਲੰਮੀ ਸੀ ਮੰਮੀ ਡੈਡੀ ਉਹਨਾਂ ਬਾਰੇ ਇਹਨਾਂ ਬਾਰੇ ਕਿੱਦਾਂ ਉਹ ਪਹਿਲਾਂ ਵਿਆਹ ਵੇਲੇ ਕਿੱਦਾਂ ਸੀ ਮੇਰੇ ਨਾਲ ਜਾਂ ਹੁਣ ਕਿੱਦਾਂ ਆ ਜਾਂ ਫਿਰ ਫੋਨ ਤੇ ਵਟਸਐਪ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਗੱਲਬਾਤ ਕਰਦੀ ਆ ਤਾਂ ਲollipops ਲੈਂਦਾ ਤੁਸੀਂ ਕਦੋਂ ਹੋਣਾ ਇਦਾਂ ਸੇਮ ਮੇਰੇ ਕੋਲ ਬਹੁਤ ਕਈ ਮਿੰਟ ਦਾ ਮੇਰੇ ਕੋਲ ਸੀਗਾ ਉਹ ਦੱਸਿਆ ਕਿ ਵੀ ਹਨੀਮੂਨ ਚ ਗਈ ਸੀ ਮੇਰੇ ਨਾਲ ਹਾਂਜੀ ਸਰ ਮੈਂ ਉਹਨਾਂ ਨੂੰ ਦੱਸਿਆ ਫਿਰ ਮੈਂ ਸਰ ਗੱਲਾਂ-ਗੱਲਾਂ ਦੇ ਵਿੱਚ ਹੀ ਮੈਂ ਮਤਲਬ ਉਹਨਾਂ ਨੂੰ ਇੱਕ ਜਵਾਬ ਦੇ ਵਿੱਚ ਹੀ ਸਰ ਮੈਂ ਉਹਨਾਂ ਨੂੰ ਕਈ-ਕਈ ਆਨਸਰ ਦੇ ਜਾਂਦਾ ਸੀ ਜਿੱਦਾਂ ਹੁਣ ਮੈਂ ਉਹਨਾਂ ਨੂੰ ਇਹ ਬੇਟੀ ਦੇ ਬਾਰੇ ਵਿੱਚ ਦੱਸਿਆ ਤਾਂ ਮੈਂ ਉਹਨਾਂ ਨੂੰ ਦੱਸਿਆ ਵੀ ਉਹਨਾਂ ਦੀ ਜਿਹੜੀ ਡਾਕਟਰ ਸੁਖਰਾਣੀ ਆ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੂੰ ਪਤਾ ਬੇਟੀ ਦੀ ਡਾਕਟਰ ਸੁਖਰਾਣੀ ਆ ਮੈਂ ਉਹਨਾਂ ਨੂੰ ਦੱਸਿਆ ਕਿ ਜਿਹੜੀ ਬੇਟੀ ਦੀ ਡਾਕਟਰ ਸੁਖਰਾਣੀ ਆ ਫਿਰ ਉਹ ਵਾਈਫ ਨੇ ਉਹਨਾਂ ਨਾਲ ਗੱਲ ਕੀਤੀ ਵੀ ਮੇਰੇ ਲਈ ਬਹੁਤ ਜ਼ਿਆਦਾ ਪੇਜੇਸਿਵ ਆ ਤੇ ਉਹਨਾਂ ਨੂੰ ਡਾਕਟਰ ਦਾ ਵੀ ਪਤਾ ਲੱਗ ਗਿਆ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਸਕੂਲ ਦਾ ਨਾਮ ਹਾਂ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਵੀ ਇਸ ਤੋਂ ਅੱਗੇ ਫਿਰ ਮੈਂ ਉਹਨਾਂ ਨੂੰ ਦੱਸਿਆ ਫਿਰ ਉਹ ਬੇਟੀ ਪਹਿਲਾਂ ਕਿਹੜੇ ਸਕੂਲ 'ਚ ਪੜ੍ਹਨ ਲੱਗੀ ਲੀਸ ਵਾਲੇ ਸਕੂਲ ਦੇ ਵਿੱਚ ਉਹਨਾਂ ਨੂੰ ਉਹ ਵੀ ਪਤਾ ਲੱਗ ਗਿਆ ਫਿਰ ਉਹਨਾਂ ਨੇ ਕਿਹੜਾ ਪ੍ਰੋਗਰਾਮ ਲਿਆ ਇੱਕ ਉਹ ਕੈਨੇਡਾ ਦੇ ਵਿੱਚ ਮੈਂਟਲ ਮੈਂ ਕਿਹਾ ਹੈ ਲਈ ਹੁੰਦਾ ਸਪੈਸ਼ਲਿਸਟ ਹੁੰਦਾ ਵੀ ਉਹਦੇ ਫਰਸਟ ਡੇਡ ਵਾਰੀ ਦੱਸਿਆਗਾ ਤੇ ਮੇਰੀ ਬੇਟੀ ਬੇਨਲੋ ਸਕੂਲ ਦੇ ਵਿੱਚ ਪੜ੍ਹਦੀ ਆ ਜਦੋਂ ਮੈਂ ਉਹਨਾਂ ਨੂੰ ਦੱਸਿਆ ਮੈਂ ਨਾ ਮਤਲਬ ਵੀਡੀਓ ਕਾਲ ਕਰਦੀ ਆ ਤੇ ਉਹਨਾਂ ਦੇ ਸਕੂਲ ਦਾ ਨਾਮ ਬੇਨਲੋ ਸੀ ਮੈਂ ਉਹਨਾਂ ਨੂੰ ਇਹ ਵੀ ਦੱਸਤਾ ਮਤਲਬ ਉਹਨਾਂ ਨੂੰ ਪਤਾ ਲੱਗ ਹੀ ਜਾਂਦਾ ਸੀ ਵੀ ਇਹਨੂੰ ਪਤਾ ਆ ਮੈਨੂੰ ਸਾਰਾ ਕੁਝ ਪਤਾ ਇਹਨੂੰ ਸਾਰਾ ਕੁਝ ਪਤਾ ਆ ਤਿਆਰੀ ਤਿਆਰੀ ਕਰਕੇ ਆਇਆ ਵੀ ਇਹ ਕਿਤਾਬ ਲਿਖੇਗਾ ਇਹ ਤੇ ਬਿਲਕੁਲ ਹਾਂ ਜਿੱਦਾਂ ਇਹ ਕਹਿੰਦੇ ਸੀ ਮੈਂ ਨਾ ਵੀਡੀਓ ਕਾਲ ਤੇ ਗੱਲ ਕਰਦੀ ਆ ਮੈਨੂੰ ਦੱਸ ਦਿਆ ਡਾਡਾ ਮੇਰੀਆਂ ਆ ਫਰੈਂਡਸ ਨੇ ਆ ਮੇਰੀ ਟੀਚਰਾਂ ਜਨੂੰ ਪਤਾ ਲੱਗ ਗਿਆ ਵੀ ਉਹਨਾਂ ਦੀ ਫਿਰ ਮੈਂ ਆਪਦੇ ਵੱਲੋਂ ਹੀ ਦੱਸਤਾ ਵੀ ਉਹ ਉਹ ਸਾਨੂੰ ਇਦਾਂ ਕਰਵਾਉਂਦੇ ਆ ਜਾਨੀ ਮੈਂ ਆਪਦੇ ਵੱਲੋਂ ਜਾਣ ਪੁੱਝ ਕੇ ਮੈਂ ਮਤਲਬ ਆਪਦੇ ਵੱਲੋਂ ਦੱਸੀ ਜਾ ਰਿਹਾ ਸੀ ਵੀ ਇਹਨਾਂ ਨੇ ਹਾਂ ਵੀ ਪੁੱਛਣਾ ਨਹੀਂ ਸ਼ਾਇਦ ਇਹਨਾਂ ਨੇ ਵੀ ਮੈਂ ਆਪਦੇ ਵੱਲੋਂ ਦੱਸੀ ਜਾਣਾ ਵੀ ਇਹਨਾਂ ਦੀ ਟੀਚਰ ਦਾ ਨਾਮ ਵੀ ਇਹ ਹੈ ਇਹਨਾਂ ਦੇ ਸਕੂਲ ਦਾ ਨਾਮ ਵੀ ਬੇਟੀ ਦਾ ਦਾ ਇਹ ਹੈ ਵੀ ਇਹ ਇੱਥੇ ਪੜ੍ਹੀ ਆ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਹੁਣ ਮੈਂ ਮਸੀਂ ਰੀਸੈਂਟਲੀ ਸਾਡੇ ਗੁਰਦੁਆਰਾ ਸਾਹਿਬ ਜਾਂਦੇ ਆ ਮੇਰੀ ਬੇਟੀ ਨਾਲ ਜਾਂਦੀ ਆ ਤੇ ਇਹਨੂੰ ਮੈਂ ਕਿਹਾ ਵੀ ਉੱਥੇ ਜਾ ਕੇ ਬੇਟੀ ਨੂੰ ਮੇਰੀ ਨੂੰ ਮੇਨ ਸਿਰਫ ਇਹ ਹੁੰਦਾ ਆ ਵੀ ਜਿਹੜੇ ਸਾਡੇ ਬਾਬਾ ਜੀ ਸ਼ਹੀਦ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹਨੂੰ ਇਦਾਂ ਹੁੰਦਾ ਵੀ ਉਹਨਾਂ ਦਾ ਬਲੈਂਕੀ ਐਵਰੀਡੇ ਚੇਂਜ ਹੁੰਦਾ ਮੈਂ ਕਹਾਂ ਵੀ ਇਹ ਸਾਨੂੰ ਕਹਿੰਦੀ ਰਹਿੰਦੇ ਆ ਵੀ ਮੈਨੂੰ ਇੰਨੀ ਐਕਸਾਈਟਮੈਂਟ ਹੁੰਦੀ ਆ ਵੀ ਬਾਬਾ ਜੀ ਦਾ ਬਲੈਂਕੀ ਚੇਂਜ ਹੁੰਦਾ ਤੇ ਸਰ ਸੇਮ ਤੁਸੀਂ ਦੇਖ ਲਓ ਵੀ ਜਦੋਂ ਸਾਰੇ ਮੈਂ ਸਵਾਲਾਂ ਦੇ ਉਹਨਾਂ ਨੂੰ ਜਵਾਬ ਦੇਤੇ ਚਲੋ ਉਹ ਫਿਰ ਮੈਮ ਡਨ ਹੋ ਗਏ ਉਹਨਾਂ ਕਿ ਉਹਨਾਂ ਨੂੰ ਇਦਾਂ ਹੋ ਗਿਆ ਵੀ ਠੀਕ ਆ ਸਾਰਾ ਕੁਝ ਫਿਰ ਉਹਨਾਂ ਨੇ ਕਹਿਤਾ ਵੀ ਅੰਦਰ ਬੁਲਾ ਦਿਓ ਵਾਈਫ ਨੂੰ ਤੇ ਬੇਟੀ ਨੂੰ ਫਿਰ ਅਸੀਂ ਅੰਦਰ ਚਲੇ ਗਏ ਹਾਂਜੀ ਫਿਰ ਇਹ ਅੰਦਰ ਚਲੇ ਗਏ ਤੇ ਆਈ ਥਿੰਕ ਮਨਜਿੰਦਰ ਨੂੰ ਤਾਂ ਸਰ ਉਹਨਾਂ ਨੇ ਸ਼ਾਇਦ ਕੁਝ ਪੁੱਛਿਆ ਨਹੀਂ 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 ਕੁਝ ਪੁੱਛਿਆ ਉਹ ਸਰ ਜਦੋਂ ਅਸੀਂ ਅੰਦਰ ਗਏ ਉਹ ਕਹਿੰਦੇ ਨਿਮਰਤ ਨੂੰ ਪੁੱਛਿਆ ਬਚਾਲੇ ਸਰ ਉਹਨਾਂ ਨੇ ਜਿੱਦਾਂ ਪਾਰਟੀਸ਼ਨ ਜੀ ਕਰਕੇ ਕੁਝ ਮومی ਕਾਗਜ਼ ਜਿਹਦਾ ਜਿੱਦਾਂ ਹੁੰਦਾ ਕੋਈ ਚ ਗਲਾਸ ਜਿੰਗੂ ਲਾਇਆ ਹੋਇਆ ਸੀਗਾ ਬੇਟੀ ਹਸਬੰਡ ਦੀ ਸਾਈਡ ਜਾ ਕੇ ਖੜ ਗਈ ਕਿਉਂਕਿ ਜਗ੍ਹਾ ਘੱਟ ਸੀ ਮੈਂ ਦੂਜੇ ਪਾਸੇ ਖੜ ਗਈ ਫਿਰ ਉਹਨੇ ਬੇਟੀ ਨੂੰ ਨਾਂ ਪੁੱਛਿਆ ਤੁਹਾਡਾ ਨਾਂ ਕੀ ਆ ਇਹ ਹੌਲੀ ਬੋਲੀ ਮੈਂ ਕਿਹਾ ਪੁੱਤ ਵੀ ਉੱਚੀ ਬੋਲੋ ਤਾਂ ਕਿ ਵੀ ਉਹ ਆਂਟੀ ਨੇ ਤੁਹਾਨੂੰ ਵੀ ਸੁਣ ਜਵੇ ਇਹਨੇ ਫਿਰ ਉੱਚੀ ਲੈਨੇ ਕਿ ਆਪਣਾ ਨਾਂ ਲਿਆ ਇਹਨੇ ਫਿਰ ਉਹ ਕਹਿੰਦੀ ਆਹ ਆਹ ਕੌਣਾ ਆਹ ਜਿਹੜਾ ਗਾਇ ਬੈਠਾ ਇਹ ਕੌਣਾ ਇਹ ਕਹਿੰਦੀ ਡੈਡਾ ਗਾਇ ਗਾਇ ਬੈਠਾ ਹੈ ਹਾਂਜੀ ਉਹਨੇ ਪੁੱਛੀ ਇਹ ਪਰਸਨ ਮੇਲਾ ਦਾ ਕੌਣ ਆ ਵੀ ਇਹ ਕੌਣ ਆ ਇਹ ਕਹਿੰਦੀ ਡੈਡੀ ਫਿਰ ਉਹ ਕਹਿੰਦੇ ਅੱਛਾ ਮੈਨੂੰ ਇਹ ਦੱਸੋ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਉੱਥੇ ਜਾ ਕੇ ਕੀ ਦੇਖਦੇ ਹੁੰਦੇ ਹੋ ਤੁਸੀਂ ਇਹ ਕਹਿੰਦੀ ਬਾਬਾ ਜੀ ਦਾ ਬਲੈਂਕਟ ਫਿਰ ਉਹ ਕਹਿੰਦੇ ਅੱਛਾ ਹਾਂਜੀ ਫਿਰ ਉਹਨੇ ਜਾਨੀ ਇੰਨੀ ਪੁੱਛਿਆ ਜਾਨੀ ਇਸ ਚੀਜ਼ ਨੇ ਆਈ ਥਿੰਕ ਸਰ ਵੀ ਜਿੱਦਾਂ ਆਪਾਂ ਕਹਿੰਦੇ ਵੀ ਠੱਪਾ ਲਗਾਤਾ ਬੇਟੀ ਨੂੰ ਹਾਂ ਬੇਟੀ ਦੇ ਇਸ ਜਵਾਬ ਨੇ ਵੀ ਕਿਉਂਕਿ ਉਹਨਾਂ ਨੂੰ ਐ ਉਹ ਵੀ ਜੇ ਇਹਨੂੰ ਪਤਾ ਜਾਂ ਜਾਂਦੀ ਆ ਰੋਜ਼ ਤਾਂ ਹੀ ਉਹਨੇ ਕਿਹਾ ਨਹੀਂ ਤੇ ਫਿਰ ਬਸ ਉਹਨੇ ਕਹਿੰਦੀ ਫਿਰ ਮੈਨੂੰ ਕਹਿੰਦੀ ਵੀ ਮੈਂ ਤੁਹਾਡੇ ਵੀ ਤੁਹਾਡੇ ਰਿਲੇਸ਼ਨਸ਼ਿਪ ਨੂੰ ਮੈਂ ਅਪਰੂਵ ਕਰਦੀ ਆ ਜੈਨੂਅਨ ਮੰਨਦੀ ਆ ਤੇ ਮੈਂ ਕਿਹਾ ਵੀ ਥੈਂਕ ਯੂ ਸੋ ਮਾਚ ਹਨਾ ਵੀ ਹੁਣ ਨੈਕਸਟ ਸਟੈਪ ਕੀ ਹੋਊਗਾ ਹਨਾ ਤੇ ਕਹਿੰਦੀ ਨੈਕਸਟ ਸਟੈਪ ਵੀ ਤੁਹਾਨੂੰ ਉਹ ਵੀ ਈਮੇਲ ਆਊਗੀ ਤੁਹਾਨੂੰ ਵੀ ਫੇਰ ਤੁਹਾਡਾ ਪਾਸਪੋਰਟ ਮੰਗਣਗੇ ਮੈਡੀਕਲ ਐਕਸਪਾਇਰ ਹੋ ਗਿਆ ਹੁਣ ਆ ਵੀ ਫਿਰ ਉਹ ਹੋਊਗਾ ਫਿਰ ਮੈਂ ਜਾਨੀ ਉਹਨੂੰ ਥੋੜਾ ਜਿਹਾ ਕਨਵਿੰਸ ਕਰਨ ਦੀ ਟਰਾਈ ਕੀਤੀ ਜਿੱਦਾਂ ਉਹ ਆਪਣੇ ਲਾਸਟ ਤੁਸੀਂ ਭੇਜ ਨਹੀਂ ਸੀ ਵੀਡੀਓ ਕਹਿੰਦੇ ਸੀ ਜਦ ਹੀ ਉਹਨਾਂ ਨੇ ਈਮੇਲ ਕਰਤੀ ਹਨਾ ਤੇ ਮੈਂ ਉਹ ਉਹਨਾਂ ਨੂੰ ਕਰਨ ਦੀ ਟ੍ਰਾਈ ਕੀਤੀ ਮੈਂ ਕਿਹਾ ਵੀ ਐਕਚੁਅਲੀ ਮੈਂ ਨਾ ਆਪਣੀ ਬੇਟੀ ਮੈਂ ਕਿਹਾ ਵੀ ਮੈਨੂੰ ਇਦਾਂ ਸੀਗਾ ਵੀ ਜੇ ਹਸਬੰਡ ਮੇਰੇ ਨਾਲ ਚਲੇ ਜਾਂਦੇ ਕਿਉਂਕਿ ਮੈਂ ਕਿਹਾ ਜਿਹੜੀ ਮੇਰੀ ਬੇਟੀ ਆ ਮੈਨੂੰ ਬਹੁਤ ਕੁਐਸਚਨ ਪੁੱਛਦੀ ਆ ਮੈਨੂੰ ਇਹਦੇ ਕੁਐਸਚਨਾਂ ਦਾ ਡਰ ਲੱਗਦਾ ਇਹ ਮੈਨੂੰ ਕਹਿੰਦੀ ਆ ਡਾਡਾ ਨੇ ਕਦੋਂ ਆਉਣਾ ਆਪਣੇ ਨਾਲ ਕਿਉਂ ਨਹੀਂ ਜਾਣਾ ਇਦਾਂ ਮੈਂ ਜਾਨੀ ਉਹ ਰੈਡੀ ਨਹੀਂ ਸੀ ਨਾ ਸੌਣ ਨੂੰ ਕਿਉਂਕਿ ਉਹ ਖੜ ਗਈ ਸੀਗੀ ਫੇਰ ਆਪਣੇ ਫਾਇਲਾਂ ਵਗੈਰਾ ਚੱਕ ਕੇ ਉਹਨਾਂ ਨੇ ਜਾਣਾ ਹੀ ਸੀ ਉਦੋਂ ਮੈਂ ਕਿਹਾ ਵੀ ਜੇ ਕੁਛ ਇਦਾਂ ਵੀ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਵੀ ਮੈਂ ਕਿਹਾ ਮੈਂ ਹੁਣ ਮੈਂ 1 ਮਹੀਨਾ ਅਨਪੇਡ ਲੀਵ ਨੀ ਹੈਗੀ ਹਨਾ ਵੀ ਉਹ ਨਹੀਂ ਮੈਨੂੰ ਦੱਸ ਸਕਦੀ ਵੀ ਮੇਰੀ ਜੌਬ ਇੱਥੇ ਤੱਕ ਹੀ ਡਾਨਾ ਵੀ ਤੁਹਾਡਾ ਰਿਲੇਸ਼ਨਸ਼ਿਪ ਅਪਰੂਵ ਆ ਤੇ ਬਾਕੀ ਬਸ ਕਹਿੰਦੇ ਤੁਹਾਨੂੰ ਈਮੇਲ ਆਊਗੀ ਵੀ ਫੇਰ ਮੈਂ ਕਿਹਾ ਕਿੰਨਾ ਟਾਈਮ ਲੱਗਦਾ ਕਹਿੰਦੀ ਉਹ ਨਹੀਂ ਮੈਨੂੰ ਪਤਾ ਜੀ ਤੇ ਬਸ ਇੰਨੀ ਹੀ ਫਿਰ ਅਸੀਂ ਥੈਂਕ ਯੂ ਕਰਕੇ ਉਹਨਾਂ ਦਾ ਥੈਂਕ ਯੂ ਥੈਂਕ ਯੂ ਕਰਕੇ ਫਿਰ ਅਸੀਂ ਬਾਹਰ ਆ ਗਏ ਸੀਗੇ ਤੇ ਸਰ ਮਤਲਬ ਸਰ ਉਹਨਾਂ ਨੇ ਮਤਲਬ ਜੋ ਵੀ ਪੁੱਛਿਆ ਮੈਨੂੰ ਵੀ ਵਾਈਫ ਤੁਹਾਡੇ ਕਦੋਂ ਆਇਆ ਸਾਰਾ ਕੁਝ ਵੀ ਰੀਸੈਂਟਲੀ ਤੁਹਾਡੇ ਵਾਈਫ ਕਦੋਂ ਆਇਆ ਤੇ ਮੈਂ ਕਿਹਾ ਵੀ ਉਹ 11 ਜਨਵਰੀ ਨੂੰ ਆਇਆ ਤੇ ਕਹਿੰਦੇ ਫੇਰ ਉਹਨਾਂ ਨੇ ਕਦੋਂ ਜਾਣਾ ਮੈਂ ਕਿਹਾ ਮੈਂ ਵੀ ਪਹਿਲਾਂ ਤਾਂ ਉਹਨਾਂ ਨੇ 18 ਫਰਵਰੀ ਨੂੰ ਜਾਣਾ ਸੀਗਾ ਬਟ ਹੁਣ ਤੁਹਾਨੂੰ ਪਤਾ ਹੈ ਵੀ ਇੱਥੋਂ ਮੇਰੀ ਇੰਟਰਵਿਊ ਮਤਲਬ ਕੈਂਸਲ ਹੋ ਗਈ ਸੀਗੀ ਤੇ ਉਹ ਦੁਬਾਰਾ ਹੁਣ 23 ਫਰਵਰੀ ਦੀ ਆਈ ਆ ਤਾਂ ਕਰਕੇ ਮੇਰੀ ਵਾਈਫ ਨੇ ਮੈਂ ਕਿਹਾ ਵੀ ਇੱਕ ਵੀਕ ਦੀਆਂ ਛੁੱਟੀਆਂ ਉਹਨਾਂ ਨੇ ਲਈਆਂ ਨੇ ਤੇ ਉਹ ਸਾਰੀਆਂ ਉਹਨਾਂ ਦੀਆਂ ਅਨਪੇਡ ਨੇ ਇੱਕ ਮਹੀਨੇ ਦੀ ਇੱਕ ਹਾਂ ਇੱਕ ਮਹੀਨੇ ਦੀ ਮਤਲਬ ਛੁੱਟੀਆਂ ਲਈਆਂ ਤੇ ਉਹ ਸਾਰੀਆਂ ਉਹਨਾਂ ਦੀਆਂ ਅਨਪੇਡ ਨੇ ਤੇ ਦੂਸਰੀ ਗੱਲ ਮੈਂ ਕਿਹਾ ਵੀ ਦੇਖੋ ਐਨੇ ਸੇਮ ਉਹੀ ਸਰ ਮਤਲਬ ਜੋ ਆਪਾਂ ਮਿਸ ਕਰਦੇ ਵੀ ਐਨੇ ਕਰੋਨਾ ਦੇ ਐਨੇ ਹਾਰਡ ਟਾਈਮ ਦੇ ਵਿੱਚ ਛੋਟੀ ਜੀ ਮੇਰੀ ਬੇਟੀ ਨੂੰ ਉਹ ਲੈ ਕੇ ਤੇ ਐਨਾ ਆਪਣੀ ਜੌਬ ਨੂੰ ਖਤਰੇ ਦੇ ਵਿੱਚ ਪਾ ਕੇ ਆਇਆ ਮੈਮ ਮੈਂ ਕਿਹਾ ਕਿਹਦੇ ਲਈ ਆਇਆ ਮਤਲਬ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਕਿਹਦੇ ਲਈ ਆਇਆ ਉਹ ਸਿਰਫ ਮੇਰੇ ਲਈ ਆਇਆ ਮੈਂ ਉਹਨਾਂ ਨੂੰ ਕਿਹਾ ਵੀ ਉਹ ਸਿਰਫ ਮੇਰੇ ਲਈ ਆਇਆ ਐਨੇ ਹਾਰਡ ਟਾਈਮ ਦੇ ਵਿੱਚ ਉਹ ਸਿਰਫ ਮੇਰੇ ਲਈ ਆਇਆ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਸੀਗਾ ਉਹ ਮੈਨੂੰ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਵੀ ਚਾਹੇ ਖੁਸ਼ ਹੋ ਜਵੇ ਵੀ ਜਦੋਂ ਤੁਹਾਡੀ ਇੰਟਰਵਿਊ ਹੋਣੀ ਆ ਤਾਂ ਮੈਂ ਉੱਥੇ ਹਾਜ਼ਰ ਹੋਊਂਗੀ ਮੈਂ ਤੁਹਾਡੇ ਕੋਲ ਜਰੂਰ ਆਊਂਗੀ। ਜੀ। ਤੇ ਦੂਜੀ ਗੱਲ ਸਰ ਮੈਂ ਤੁਹਾਨੂੰ ਮਤਲਬ ਮੈਂ ਚਲੋ ਜੋ ਵੀ ਆਪਣੇ ਕਿਸੇ ਹੋਰ ਨੇ ਵੀ ਇੰਟਰਵਿਊ ਜੀ ਦੀ ਕਿਸੇ ਦੀ ਆਊਗੀ ਤੇ ਮੈਂ ਜਾਨੀ ਇੱਕ ਗੱਲ ਕਹਿਣੀ ਚਾਹੁੰਨਾ ਵੀ ਅਗਰ ਕੋਈ ਆਪਣਾ ਪੰਜਾਬੀ ਪਰਸਨ ਕੋਈ ਇੰਟਰਵਿਊ ਲੈਣ ਵਾਲਾ ਤਾਂ ਫਿਰ ਬਹੁਤ ਹਾਰਡ ਹੋਊਗਾ। ਕਿਉਂਕਿ ਉਹ ਜਿਹੜਾ ਇੰਡੀਆ ਦਾ ਬੰਦਾ ਆ ਉਹ ਤੁਹਾਨੂੰ ਬਹੁਤ ਜ਼ਿਆਦਾ ਖਿੱਚਦਾ ਆ। ਜਿੱਦਾਂ ਮੈਨੂੰ ਲੱਗਿਆ। ਦਾ ਦੋ ਰੀਜ਼ਨ ਉਹਦੇ ਹੋ ਸਕਦੇ ਨੇ ਇੱਕ ਤੇ ਨੰਬਰ ਹੈ ਕਿ ਉਹਨਾਂ ਨੂੰ ਲੈਂਗੁਏਜ ਦੀ ਕੋਈ ਪ੍ਰੋਬਲਮ ਨਹੀਂ ਦੂਸਰਾ ਹੈ ਕਿ ਉਹ ਫਿਰ ਇਹ ਵੀ ਇਹ ਵੀ ਸ਼ੱਕ ਕਰਦੇ ਆ ਕਿ ਵੀ ਇਹ ਪੰਜਾਬ ਦਾ ਬੰਦਾ ਹੈ ਕੋਈ ਜੁਗਾੜ ਕਰਕੇ ਜਿਹਦਾ ਜਿਹਦਾ ਪੁੱਛਿਆ ਕਿ ਵੀ ਉਹਨਾਂ ਨੇ ਪੈਸੇ ਤਾਂ ਨਹੀਂ ਲਏ ਸਮਥਿੰਗ ਉਹਨਾਂ ਨੂੰ ਇੱਥੇ ਲੋਕਲ ਲੋਕਲ ਹਾਲਾਤ ਤੇ ਲੋਕਲ ਖਬਰਾਂ ਦੇ ਬਾਰੇ ਪਤਾ ਹੁੰਦਾ ਹੈ ਹਾਂਜੀ 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 ਸਰ ਮੈਂ ਇਹੀ ਮਤਲਬ ਦੱਸਣਾ ਚਾਹੁੰਦਾ ਆ ਵੀ ਚਲੋ ਜੇ ਅਗਰ ਕਿਸੇ ਹੋਰ ਨੇ ਇਹ ਚਲੋ ਵੀਡੀਓ ਦੇਖਣੀ ਹੋ ਸਾਡੀ ਤੇ ਵੀ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਕਿਉਂਕਿ ਜੇ ਜਿਹੜਾ ਇੰਡੀਅਨ ਬੰਦਾ ਆ ਖਾਸ ਕਰਕੇ ਉਹਨੂੰ ਇੰਡੀਆ ਦਾ ਸਾਰਾ ਕੁਝ ਪਤਾ ਹੁੰਦਾ ਹੈ ਸਰ ਜੀ ਜੀ ਇਹ ਤਾਂ ਬਹੁਤ ਜ਼ਿਆਦਾ ਡੀਪਲੀ ਪੁੱਛਦਾ ਆ ਤੇ ਚਲੋ ਮੇਰੇ ਕੋਲ ਜਵਾਬ ਸੀਗੇ ਤੁਸੀਂ ਜਿੱਦਾਂ ਬਹੁਤ ਜ਼ਿਆਦਾ ਵਧੀਆ ਤਿਆਰੀ ਕਰਵਾਈ ਹੋਈ ਸੀ ਜਿਹਦੇ ਕਰਕੇ ਕੋਈ ਪਰੇਸ਼ਾਨੀ ਨਹੀਂ ਹੋਈ ਨਹੀਂ ਤਾਂ ਬਹੁਤ ਟਫ ਹੋ ਜਾਂਦਾ ਇੰਡੀਅਨ ਦੇ ਨਾਲ ਜਿੱਦਾਂ ਤੁਸੀਂ ਕਹਿੰਦੇ ਸੀ ਜਵਾਬ ਤਾਂ ਸਾਰੇ ਇਹਨਾਂ ਦੇ ਤੋਤੇ ਵਾਂਗੂ ਹੀ ਰਟੇ ਹੋਈ ਸੀਗੇ ਸਾਰਾ ਉਦਾਂ ਹੀ ਜਿੱਦਾਂ ਚੱਲ ਰਿਹਾ ਸੀਗਾ ਵੀ ਜਿੱਦਾਂ ਪੁੱਛੇ ਕੁਐਸਚਨ ਬਾਅਦ ਚ ਹੁੰਦਾ ਸੀ ਆਨਸਰ ਪਹਿਲਾਂ ਜਾਂਦਾ ਸੀਗਾ ਵੀ ਵਧੀਆ ਸੀ ਚਲੋ ਵਧੀਆ ਹੋ ਗਿਆ ਸੈਟੀਸਫੈਕਸ਼ਨ ਜੀ ਮਨ ਨੂੰ ਹੈਗੀ ਆ ਹਨਾ ਵੀ ਚਲੋ ਐਦਾਂ ਲੱਗਦਾ ਵੀ ਬੋਝ ਜਾਂ ਨਿਕਲ ਗਿਆ ਹੁਣ ਉਹ ਡਨ ਹੋ ਗਈ ਇੰਟਰਵਿਊ ਹਨਾ ਥੋੜੇ ਜਿ ਰਿਲੈਕਸ ਆ ਸੀ ਵੀ ਹਾਂਜੀ ਹਾਂਜੀ ਜੀ 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 ਚਲੋ ਦੈਟਸ ਵੰਡਰਫੁਲ ਤੁਹਾਨੂੰ ਦੋਨਾਂ ਨੂੰ ਕੰਗ੍ਰੈਚੁਲੇਸ਼ਨਸ ਤੇ ਵਧੀਆ ਕੰਮ ਹੋ ਗਿਆ ਤੇ ਆਪਣਾ ਫਿਰ ਤੇ ਹੁਣ ਵੀਜ਼ਾ ਆ ਹੀ ਜਾਏਗਾ ਇਟ ਵਿਲ ਟੇਕ ਮਹੀਨਾ ਲੱਗ ਮਹੀਨਾ ਵੀ ਲੱਗ ਸਕਦਾ ਮਹੀਨਾ ਪਲੱਸ ਵੀ ਲੱਗ ਸਕਦਾ ਸੋ ਵੀ ਡੂ ਨਾਟ ਨੋ ਪਰ ਹੁੰਦੇ ਆਈ ਜਦ ਜਦ ਉਹਨਾਂ ਨੇ ਕਹੀ ਤਾਂ ਕਿ ਵੀ ਹੋ ਜਾਏਗਾ ਸੋ ਇਟ ਵਿਲ ਕਮ ਸੂਨਰ অর ਲੇਟਰ ਸੋ ਹੁਣ ਕੋਈ ਡਾਊਟ ਡਾਊਟ ਨਹੀਂ ਰਹੇਗਾ ਉਹਨਕੋ ਹਾਂਜੀ 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 ਸਰ ਹਾਂਜੀ ਹਾਂਜੀ ਤੇ ਸਰ ਤੁਹਾਡਾ ਮਤਲਬ ਬਹੁਤ ਬਹੁਤ ਥੈਂਕ ਯੂ ਤੇ ਅਸੀਂ एवरीडे ਗੱਲ ਕਰਦੇ ਆਂ ਵੀ ਅਗਰ ਅਸੀਂ ਤੁਹਾਨੂੰ ਨਹੀਂ ਹੈਲਪਫਲੀ ਬੁਲਾਉਂਦੇ ਤੁਹਾਡੇ ਨਾਲ ਗੱਲਬਾਤ ਨਹੀਂ ਹੁੰਦੀ ਤਾਂ ਮੈਂ ਇੰਟਰਵਿਊ ਦੇਣ ਵਾਲਾ ਪਰਸਨ ਆ ਮੈਂ ਤੁਹਾਨੂੰ ਦੱਸਦਾ ਆ ਸਭ ਨੂੰ ਦੱਸਦਾ ਆ ਮੰਮੀ ਡੈਡੀ ਨੂੰ ਦੱਸਦਾ ਇਹਨਾਂ ਨੂੰ ਵੀ ਮੈਂ 100% ਫੇਲ ਹੁੰਦਾ ਅਗਰ ਅਸੀਂ ਤੁਹਾਡੀ ਹੈਲਪ ਨਾ ਲੈਂਦੇ ਸੋ ਬਹੁਤ ਥੈਂਕ ਯੂ ਤੁਹਾਡਾ ਹੈਲਪ ਕਰਨ ਦੇ ਲਈ ਹੂੰ ਹੂੰ ਸਾਡੀ ਮਦਦ ਕੀਤੀ ਤੁਸੀਂ ਤਾਂ ਜਗੇ ਕੋਈ 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 ਮੇਰੇ ਇਧਰ ਵਿੱਚ ਕੁਝ ਨਹੀਂ ਆਇਆ ਤੇ ਇੱਕ ਇਫ ਆਈ ਟੈਲ ਯੂ ਆਨਸਟਲੀ ਇਜ਼ ਥਿਸ ਜਸਟ ਕੋਇਨਸੀਡੈਂਸ ਇਹ ਸੰਜੋਗ ਜਿਹਨੂੰ ਕਹਿ ਲੋ ਕਿ ਕੋਈ ਕਿਸੇ ਨੂੰ ਮਿਲ ਗਿਆ ਕੋਈ ਕਿਸੇ ਨੂੰ ਮਿਲ ਗਿਆ ਕਿਸ ਨੇ ਦੱਸ ਪਾਤੀ ਕੋਈ ਇਧਰ ਆ ਗਿਆ ਕੋਈ ਇਧਰ ਫੋਨ ਆ ਗਿਆ ਇਟ ਹਾਲ ਹੈਪਨਸ ਬਿਕੋਜ਼ ਆਫ ਦ ਰੀਜ਼ਨ ਇਕ ਪਤਾ ਨਹੀਂ ਦਾ ਨਾਮ ਕਿਸਮਤ ਹੈ ਕੁਛ ਹੈ ਕੁਛ ਨਾ ਕੁਛ ਹੈ ਇੱਕ ਇਹ ਇਹ ਨੇਚਰ ਉਹ ਨੇਚਰ ਵੱਲੋਂ ਇੱਕ ਹੈ ਸਾਰਾ ਇੱਕ ਜੁਗਾਰ ਕਹਿ ਲੋ ਜਾਂ ਸੈਟਿੰਗ ਕਹਿ ਲੋ ਇਹਦੇ ਇਹਦੇ ਬਾਰੇ ਕੋਈ ਕੁਝ ਨਹੀਂ ਕਰਦਾ ਕਿ ਕਿਨੇ ਕੀ ਕੀਤਾ ਕਿਸ ਤਰ੍ਹਾਂ ਕੀਤਾ ਸੋ ਤੁਹਾਡਾ ਵੀਜ਼ਾ ਲੱਗਣਾ ਸੀ ਇਹ ਮਨਜਿੰਦਰ ਦਾ ਫੋਨ ਆਇਆ ਮੈਨੂੰ ਯਾਦ ਹੈ 2 ਮਹੀਨੇ ਹੋ ਗਏ ਪਹਿਲਾਂ ਇੱਕ ਵਾਰ ਸ਼ਾਮ ਨੂੰ ਫੋਨ ਆਇਆ ਫਿਰ ਮੈਂ ਨੂੰ ਕਿਹਾ ਕਿ ਪ੍ਰੈਕਟਿਸ ਕਰਨੀ ਹੈ ਇਹਨੇ ਕਿਹਾ ਕਿ ਮੈਂ ਸੋਚ ਕੇ ਦਸਾਂਗੀ ਵਗੈਰਾ ਵਗੈਰਾ ਫਿਰ ਇੱਕ ਵਾਰ ਮਿਲੀ ਵੀ ਮੈਨੂੰ ਇੱਥੇ ਇੱਕ ਦੁਕਾਨ ਹੈ ਜਿਹੜੀ ਸਬਜ਼ੀ ਇਸ ਅ ਲਾਈਕ ਫਰੈਸ਼ ਕੋ ਸੋ ਉਹਥੇ ਇੱਕ ਵਾਰ ਮਿਲੀ ਵੀ ਤੇ ਬ੍ਰਦਰ ਵੀ ਆਏ ਸੋ ਉਹਦੇ ਬਾਅਦ ਫਿਰ ਚਲੀ ਵੀ ਗਈ ਸੋ ਸਾਰੀ ਸਾਰੇ ਜਿਹੜੇ ਪੁਰਜੇ ਨਾਲ ਇੱਕ ਇੱਕ ਆਪਣੇ ਸਹੀ ਸਥਾਨ 'ਤੇ ਫਿੱਟ ਹੋ ਗਏ ਸੋ ਕਿਉਂਕਿ ਕੱਲ ਕੱਲ ਨੂੰ ਇਹ ਵੀ ਕਹਿ ਸਕਦੀ ਸੀ ਕਿ ਜੀ ਮੈਂ ਕੀ ਕਰਨਾ ਜਾ ਕੇ ਜੀ ਯੂ نو ਵਟ ਏਵਰ ਸੋ ਸੋ ਕੁਝ ਪਾਰਟ ਤੁਹਾਡੇ ਵੱਲੋਂ ਹੈ ਕੁਝ ਉਹਨਾਂ ਵੱਲੋਂ ਕੋਆਪਰੇਸ਼ਨ ਹੈ ਤੀਸਰਾ ਪਾਰਟ ਤੁਹਾਡੀ ਬੇਟੀ ਵੱਲੋਂ ਵੀ ਕੋਆਪਰੇਸ਼ਨ ਇਨਪੁਟ ਹੈ ਸੋ ਬਸ ਇਸ ਤਰ੍ਹਾਂ ਰਲ ਮਿਲ ਕੇ ਜੇ ਉਹ ਬਣ ਗਈ ਹੈ ਐਂਡ एवरीथिंग ਇਜ਼ ਨਹੀਂ ਸਰ ਮੈਂ ਮਤਲਬ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵੀ ਮਤਲਬ ਪਹਿਲਾਂ ਮੈਨੂੰ ਜਾਨੀ ਇੰਟਰਵਿਊ ਦੀ ਇਦਾਂ ਸੀਗਾ ਵੀ ਚਲੋ ਇੰਟਰਵਿਊ ਆਵੇ ਪਰ ਮੈਨੂੰ ਮਤਲਬ ਮੈਂ ਇਸ ਚੀਜ਼ ਨੂੰ ਇਨਾ ਸੀਰੀਅਸ ਨਹੀਂ ਸੀ ਸਰ ਲੈਂਦਾ ਤੇ ਜਦੋਂ ਅਸੀਂ ਇੰਟਰਵਿਊਸ ਸੁਣੀਆ ਵੀ ਕਿੱਦਾਂ ਹੁੰਦੀਆਂ ਨੇ ਤੇ ਫਿਰ ਮੈਂ ਇਸ ਚੀਜ਼ ਨੂੰ ਸਰ ਸੀਰੀਅਸਲੀ ਲਿਆ ਵੀ ਜੋ ਵੀ ਅਗਰ ਸਾਡੀ ਕੋਈ ਵੀਡੀਓ ਦੇਖੂਗਾ ਅੱਗੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਇਹ ਚੀਜ਼ ਨੂੰ ਈਜ਼ੀ ਨਾ ਲਿਆ ਜਾਵੇ ਮਤਲਬ ਜਿਹੜੀ ਇੰਟਰਵਿਊ ਹੈ ਇਹ ਵੀ ਹਾਂ ਵੀ ਇਸ ਚੀਜ਼ ਨੂੰ ਸੀਰੀਅਸ ਲਾਓ ਜੀ 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 ਇਹ ਕੋਈ ਕੈਜੂਅਲ ਕੋਈ ਗੱਲਾਂ ਬਾਤਾਂ ਨਹੀਂ ਹੈ ਮਤਲਬ ਕਿ ਕਾਫੀ ਅੰਦਰ ਤੱਕ ਇਹਦੀ ਕਿਚਾਈ ਹੋਣੀ ਹੈ ਤੱਕ ਬਹੁਤ ਹਾਂਜੀ 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 ਇਹ ਕੋਈ ਈਜ਼ੀ ਨਹੀਂ ਹੈਗਾ ਤੇ ਅਗਰ ਤੁਸੀਂ ਆਈ ਥਿੰਕ ਜੇ ਕੋਈ ਤੁਹਾਡਾ ਪੰਜਾਬੀ ਕੋਈ ਬੰਦਾ ਜਾਂ ਇੰਡੀਅਨ ਬੰਦਾ ਕੋਈ ਤੁਹਾਡੀ ਇੰਟਰਵਿਊ ਲੈ ਰਿਹਾ ਜੇ ਤੁਸੀਂ ਇੱਕ ਜਗ੍ਹਾ ਵੀ ਅੜ ਗਏ ਮੇਰੇ ਹਿਸਾਬ ਨਾਲ ਤਾਂ ਫਿਰ ਤੁਹਾਨੂੰ ਉਹਨਾਂ ਨੇ ਬਹੁਤ ਗਿਚਣਾ ਜਿ ਜਿੱਦਾਂ ਦਾ ਮੈਂ ਮਤਲਬ ਉਹਤੇ ਇੰਟਰਵਿਊ ਦੀ ਐਕਸਪੀਰੀਅੰਸ ਕੀਤਾ ਵੀ ਇਸ ਚੀਜ਼ ਨੂੰ ਸੀਰੀਅਸ ਲੈਣਾ ਚਾਹੀਦਾ ਮੈਂ 2 ਮਹੀਨੇ ਹੋ ਗਏ ਹੁਣ ਬਹੁਤ ਸੀਰੀਅਸ ਇਸ ਚੀਜ਼ ਨੂੰ ਲਿਆ ਤੇ ਬਹੁਤ ਅਸੀਂ ਹਾਰਡ ਵਰਕ ਕੀਤਾ ਬਹੁਤ ਤਿਆਰੀ ਕੀਤੀ ਤੁਸੀਂ ਬਹੁਤ ਤਿਆਰੀ ਕਰਵਾਈ ਮਨਜਿੰਦਰ ਨੇ ਬਹੁਤ ਜ਼ਿਆਦਾ ਜ਼ੋਰ ਲਗਾਇਆ ਇਹਨਾਂ ਨੇ ਸੋ ਤਾਂ ਕਰਕੇ ਇੰਟਰਵਿਊ ਕਲੀਅਰ ਹੋਈਆ ਨਹੀਂ ਤੇ ਬਹੁਤ ਮੁਸ਼ਕਲ ਸੀ। ਸੋ ਇਸ ਚੀਜ਼ ਨੂੰ ਸੀਰੀਅਸ ਲੈਣਾ ਚਾਹੀਦਾ ਸਰ। ਜੀ 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 ਚਲੋ ਥੈਂਕ ਯੂ ਵੈਰੀ ਮੱਚ ਕਰੋ ਇੰਜੋਏ ਆ ਤੇ ਫਿਰ ਜਦਾ ਆਓਗੇ ਜਦਾ ਆਓਗੇ ਕੈਨੇਡਾ ਫਿਰ ਦਰਸ਼ਨ ਦੇਣਾ ਫਿਰ ਕੋਈ ਗੱਲ ਨਹੀਂ ਇੱਥੇ ਰਹੋ ਤੁਸੀਂ ਤੁਹਾਡੀ ਜਿਹੜੇ ਮੇਰੇ ਸ਼ਹਿਰ ਤੇ ਹੀ ਹੈ ਐਕਚੁਅਲੀ ਇਟਸ ਵੈਰੀ ਨਾਟ ਵੈਰੀ ਫਾਰ ਦੋ ਤਿੰਨ ਕਿਲੋਮੀਟਰ ਜਿਆਦਾ ਦੂਰ ਨਹੀਂ ਹੈ ਫਾਸਲਾ ਤੁਹਾਡਾ ਜਿਹੜੇ ਹਾਂ ਜਿੱਥੇ ਤੁਸੀਂ ਆਣਾ ਹੈ। ਹਾਂਜੀ ਹਾਂਜੀ ਸਰ ਹਾਂਜੀ ਠੀਕ ਠੀਕ ਚਲੋ ਸੋ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਵੈਰੀ ਮਚ ਤਨੂਕ ਤਨੂਕ ਬੰਦਾ ਕਾਲ ਕਰੇਗਾ ਐਕਚੁਅਲੀ ਭਵਿੰਦਰ ਸਿੰਘ ਨਾਮ ਹੈ ਉਹਦਾ ਹਾਂਜੀ ਉਹਦੀ ਵੀ ਇੰਟਰਵਿਊ ਆਈ ਉਹ ਵੀ ਕਾਫੀ ਉਹ ਮੇਰੇ ਖਿਆਲ ਹੈ ਕਿ ਉਹਨਾਂ ਦੇ ਮਨ 'ਚ ਵੀ ਕਾਫੀ ਸਵਾਲ ਹੈ ਤੇ ਮੈਂ ਤੇ ਉਹਨੂੰ ਕਹਤਾ ਕਿ ਵੀ ਤੇ ਜਿਹੜਾ ਇੱਕ ਰੀਸੈਂਟਲੀ ਆ ਸੂਰਮਾ ਆਇਆ ਉਹਨੂੰ ਤੁਸੀਂ ਮਿਲੋ ਜਰਾ ਉਹ ਉਹ ਲੜਾਈ ਲੜਾਈ ਜਿੱਤ ਕੇ ਆਇਆ ਹੈ ਤੁਸੀਂ ਉਹਨੂੰ ਫੀਡਬੈਕ ਲੋ ਕਿਉਂਕਿ ਮੈਂ ਤੇ ਇੱਥੋਂ ਬੈਠ ਕੇ ਮੈਂ ਇਮੇਜਿਨ ਕਰ ਰਿਹਾ ਕਿ ਵੀ ਇਹ ਹੋਏਗਾ ਹੋਏਗਾ ਜਿਹੜਾ ਵਾਕਈ ਉਸ ਪੱਟ ਤੋਂ ਸੀਨ ਤੋਂ ਗਰਾਊਂਡ ਗਰਾਊਂਡ ਰਿਪੋਰਟ ਦੇ ਰਿਹਾ ਜਿਹੜਾ ਉਹਨੂੰ ਜ਼ਿਆਦਾ ਫਰੈਸ਼ ਹੁੰਦਾ ਹੈ ਕੰਮ ਉਹਨੂੰ ਜ਼ਿਆਦਾ ਫਰੈਸ਼ ਪਤਾ ਹੁੰਦਾ ਹੈ ਕਿ ਅੰਦਰ ਕਿਵੇਂ ਚੱਲ ਰਹੀ ਹੈ ਕਿਸ ਤਰ੍ਹਾਂ ਹੋਇਆ ਜਿਸ ਤਰ੍ਹਾਂ ਕਿ ਅੱਜ ਤੁਹਾਨੂੰ ਸਾਰਾ ਫਰੈਸ਼ ਹੈ 6 ਮਹੀਨੇ ਬਾਅਦ ਤੁਸੀਂ ਵੀ ਥੋੜਾ ਜਿਹਾ ਫੇਡ ਹੋ ਜਾਓਗੇ ਹਾਂਜੀ 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 ਇਹ ਤਾਂ ਹੈ ਸਰ ਹਾਂਜੀ ਸਰ ਠੀਕ ਹੈ ਠੀਕ ਹੈ ਚਲੋ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਹੋਰ ਬੰਦੇ ਕੁਝ ਕੁਝ ਕਹਿਣਾ ਤੇ ਨਹੀਂ ਨਹੀਂ ਸਰ ਬਸ ਮੈਂ ਇਹੀ ਕਹਿਣਾ ਸੀ ਵੀ ਉਹਦੇ ਤੇ ਨਾ ਪਾਇਓ ਤੁਸੀਂ ਵੀ ਸਾਡੀ ਉਹਦੇ YouTube ਤੇ ਨਾ ਪਾਇਓ ਹਨਾ ਵੀਡੀਓ ਉਦਾਂ ਤੁਸੀਂ ਹਾਂਜੀ ਵੀ ਉਹ ਤੁਸੀਂ ਦੱਸਣਾ ਹੋ ਤਾਂ ਤੁਸੀਂ ਸਾਰੀਆਂ ਗੱਲਾਂ ਸੁਣਨੀਆਂ ਹਨ ਵੀ ਉਹ ਤੁਸੀਂ ਆਮ ਦੱਸ ਦਿਓ ਜੀ 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 ਠੀਕ ਹੈ ਹਾਂਜੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਹਾਂਜੀ ਬਾਈ ਬਾਏ ਹਾਂਜੀ ਬਾਈ